ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਇੱਕ ਵਾਰੀ ਫਿਰ। ਆਈ ਹੈਵ ਅ ਵੈਰੀ ਇੰਟਰਸਟਿੰਗ ਪ੍ਰੋਗਰਾਮ ਫਾਰ ਯੂ ਟੂਡੇ। ਆਫਕੋਰਸ ਸਾਡੇ ਸਾਰਿਆਂ ਦਾ ਫੋਕਸ ਇਸ ਵੇਲੇ ਦਿੱਲੀ ਦੇ ਵਿੱਚ ਲੱਗਿਆ ਹੋਇਆ, ਕਿਸਾਨ ਮੋਰਚੇ 'ਤੇ ਲੱਗਿਆ ਹੋਇਆ ਕਿ ਕਿਸ ਤਰ੍ਹਾਂ ਉੱਥੇ ਕਿਸਾਨ ਮਜ਼ਦੂਰ ਏਕਤਾ ਇਸ ਮੂਵਮੈਂਟ ਨੂੰ ਅੱਗੇ ਲੈ ਕੇ ਜਾ ਰਹੀ ਹੈ। ਬਟ ਜਿੱਥੇ ਮਜ਼ਦੂਰਾਂ ਦੀ ਹੱਕ ਦੀ ਗੱਲ ਆਉਂਦੀ ਹੈ, ਉਹ ਸਿਰਫ ਇੰਡੀਆ ਵਿੱਚ ਥੋੜ੍ਹੀ ਨਾ ਹੈਗੇ, ਯੂਨਾਈਟਿਡ ਸਟੇਟਸ ਵਿੱਚ ਵੀ ਜੋ ਬਲੂ ਕਾਲਰ ਵਰਕਰਸ, ਲੇਬਰਰਸ, ਫੈਕਟਰੀ ਵਰਕਰਸ, ਟਰਾਂਸਪੋਰਟੇਸ਼ਨ ਇੰਪਲੋਈਜ਼ ਹੈਗੇ, ਉਹਨਾਂ ਦੇ ਵੀ ਰਾਈਟਸ ਦੀ ਸਾਨੂੰ ਗੱਲ ਕਰਨੀ ਬਹੁਤ ਜ਼ਰੂਰੀ ਬਣ ਗਈ ਹੈ ਅੱਜ ਦੀ ਡੇਟ ਦੇ ਵਿੱਚ, ਜਦੋਂ ਇਹ ਲੱਗਦਾ ਹੈ ਕਿ ਸ਼ਾਇਦ ਉਹਨਾਂ ਦੇ ਰਾਈਟਸ ਇੰਨੇ ਗਾਰੰਟੀਡ ਨਹੀਂ ਹੈਗੇ ਜਿੰਨੇ ਆਪਾਂ ਅਸੂਮ ਕਰਦੇ ਹਾਂ ਇਸ ਕੰਟਰੀ ਦੇ ਵਿੱਚ। ਇਨ ਐਨੀ ਕੇਸ, ਕੋਈ ਵੀ ਚੀਜ਼ ਗਾਰੰਟੀਡ ਨਹੀਂ ਹੁੰਦੀ, ਤੁਹਾਨੂੰ ਲੜਨਾ ਪੈਂਦਾ ਹੈ ਖਾਸ ਕਰਕੇ ਆਪਣੇ ਹੱਕਾਂ ਲਈ। ਸੋ ਜਿੱਥੇ ਮਜ਼ਦੂਰਾਂ ਦੀ ਹੱਕ ਦੀ ਗੱਲ ਆਉਂਦੀ ਹੈ, ਇਸ ਪ੍ਰੋਗਰਾਮ ਦੇ ਵਿੱਚ ਮੈਂ ਅੱਜ ਥੋੜ੍ਹੀ ਜਿਹੀ ਕੋਵਿਡ ਦੇ ਸੰਬੰਧ ਅਤੇ ਕੈਲੀਫੋਰਨੀਆ ਕਮਿਊਨਿਟੀ ਦੇ ਨਾਲ ਜੁੜੀ ਹੋਈ ਟੌਪਿਕ ਲੈ ਕੇ ਆਈ ਹਾਂ। ਕੈਲੀਫੋਰਨੀਆ ਦੇ ਵਿੱਚ ਇੱਕ ਕੰਪਨੀ ਹੈਗੀ ਨੋਨ ਐਜ਼ ਫੋਸਟਰ ਫਾਰਮਸ, ਇਸ ਕੰਟਰੀ ਦੇ ਉਹ ਇੱਕ ਸਭ ਤੋਂ ਵੱਡੇ, ਵਨ ਆਫ ਦ ਲਾਰਜੈਸਟ ਪੋਲਟਰੀ ਪ੍ਰੋਡਿਊਸਰਸ ਹਨ ਕੈਲੀਫੋਰਨੀਆ ਦੇ ਵਿੱਚ, ਔਰ ਜਾਂ ਵੈਸਟ ਕੋਸਟ ਦੇ ਵਿੱਚ ਉਹਨਾਂ ਦੀ ਫਾਰਮਸ ਤੋਂ ਸਭ ਤੋਂ ਜ਼ਿਆਦਾ ਪੋਲਟਰੀ ਡਿਸਟ੍ਰੀਬਿਊਟ ਕੀਤੀ ਜਾਂਦੀ ਹੈ। ਸੋ ਫੋਸਟਰ ਫਾਰਮਸ ਬਹੁਤ ਵੱਡਾ ਇੱਕ ਫੈਸਿਲਿਟੀ, ਪਲਾਂਟ, ਔਰਗਨਾਈਜੇਸ਼ਨ ਤੁਸੀਂ ਕਹਿ ਲਓ, ਉਹਨਾਂ ਦੇ ਜੋ ਹੈੱਡਕੁਆਟਰਸ ਹਨ ਲਿਵਿੰਗਸਟਨ ਕੈਲੀਫੋਰਨੀਆ ਦੇ ਵਿੱਚ ਪੈਂਦੇ ਆ। ਅਤੇ ਇਸ ਫੈਸਿਲਿਟੀ ਦੇ ਵਿੱਚ ਪਿਛਲੇ ਸਾਲ ਇੱਕ ਬਹੁਤ ਹੀ ਗੰਭੀਰ ਕੋਵਿਡ ਆਊਟਬ੍ਰੇਕ ਸਾਨੂੰ ਵੇਖਣ ਨੂੰ ਮਿਲੀ। ਅਨਫੋਰਚੁਨੇਟਲੀ ਇਸ ਚੀਜ਼ ਦੀ ਗੱਲ ਮੈਂ ਤੁਹਾਡੇ ਨਾਲ ਇਸ ਕਰਕੇ ਕਰ ਰਹੀ ਹਾਂ ਬਿਕੋਜ਼ ਲਿਵਿੰਗਸਟਨ ਦੇ ਵਿੱਚ ਸਾਡੀ ਪੰਜਾਬੀ ਕਮਿਊਨਿਟੀ ਦੀ ਬਹੁਤ ਵੱਡੀ ਪਾਪੂਲੇਸ਼ਨ, ਬਹੁਤ ਵੱਡੀ ਗਿਣਤੀ ਹੈਗੀ ਸਾਡੀ ਸਿੱਖ ਪੰਜਾਬੀ ਪਾਪੂਲੇਸ਼ਨ, ਜਿੱਥੇ ਲਿਵਿੰਗਸਟਨ ਦੇ ਵਿੱਚ 15-16 ਹਜ਼ਾਰ ਟੋਟਲ ਪਾਪੂਲੇਸ਼ਨ ਹੋਏਗੀ, ਉਹਦੇ ਵਿੱਚ 2,500 ਤਾਂ ਪੰਜਾਬੀ ਵੱਸਦੇ ਹੈ। ਉਹਨਾਂ ਦੇ ਵਿੱਚੋਂ ਫੋਸਟਰ ਫਾਰਮਸ ਦਾ ਜੋ ਪਲਾਂਟ ਹੈਗਾ, ਉਹਦੇ ਵਿੱਚ ਇੱਕ ਸਿਗਨੀਫਿਕੈਂਟ ਪਾਪੂਲੇਸ਼ਨ ਸਾਡੀ ਸਿੱਖ ਅਤੇ ਪੰਜਾਬੀ ਵਰਕਰਸ ਦੀ ਹੈਗੀ। ਐਂਡ ਆਫਕੋਰਸ ਦੇ ਆਰ ਕੰਸਿਡਰਡ ਲੇਬਰਰਸ ਬਿਕੋਜ਼ ਆਫ ਦੀ ਟਾਈਪ ਆਫ ਵਰਕ ਦੇ ਡੂ। ਇਹਦੇ 'ਚ ਕੋਈ ਯੂ ਨੋ ਊਚ ਨੀਚ ਦੀ ਗੱਲ ਨਹੀਂ ਹੈਗੀ, ਦੈਟ ਇਜ਼ ਜਸਟ ਦ ਟਰਮ ਦੈਟ ਵੀ ਯੂਜ਼ ਟੂ ਡਿਸਕ੍ਰਾਈਬ ਦੈਮ। ਇਹ ਜੋ ਇੰਪਲੋਇਰਸ ਫੋਸਟਰ ਫਾਰਮਸ ਦੇ ਕੰਮ ਕਰਦੇ ਆ, ਯੂ ਨੋ ਦੇ ਰੈਫਰ ਟੂ ਐਜ਼ ਲੇਬਰਰਸ, ਐਜ਼ ਵਰਕਰਸ ਇਨ ਦਿਸ ਫੈਸਿਲਿਟੀ। ਸੋ ਪਿਛਲੇ ਸਾਲ ਜਦੋਂ ਫੋਸਟਰ ਫਾਰਮਸ ਦੇ ਵਿੱਚ ਇੱਕ ਬਹੁਤ ਹੀ ਵੱਡੀ ਕੋਵਿਡ ਆਊਟਬ੍ਰੇਕ ਹੋਈ, ਇਸ ਇੰਪਲੋਇਰ ਨੇ ਕੀ ਕੁਛ ਕੀਤਾ ਆਪਣੇ ਇੰਪਲੋਈਜ਼ ਨੂੰ ਪ੍ਰੋਟੈਕਟ ਕਰਨ ਲਈ, ਜਾਂ ਕੀ ਨਹੀਂ ਕੀਤਾ? ਬਿਕੋਜ਼ ਇਹ ਆਊਟਬ੍ਰੇਕ ਹੋਈ ਅਤੇ ਸੇਫਟੀ ਪ੍ਰਕੋਸ਼ਨਸ ਨੂੰ ਇਗਨੋਰ ਕੀਤਾ ਗਿਆ। ਇਨਫੈਕਟ ਨਾ ਕਿ ਸਿਰਫ ਜੋ ਸੇਫਟੀ ਪ੍ਰਕੋਸ਼ਨ ਸੀਗੇ ਉਹਨਾਂ ਨੂੰ ਇਗਨੋਰ ਕੀਤਾ ਗਿਆ, ਬਟ ਜਦੋਂ ਨੰਬਰਸ ਰਿਪੋਰਟ ਕੀਤੇ ਗਏ ਆਊਟਬ੍ਰੇਕ ਨੂੰ ਲੈ ਕੇ ਕਿੰਨੀ ਜ਼ਿਆਦਾ ਵੱਡੇ ਲੈਵਲ 'ਤੇ ਕੋਵਿਡ ਫੈਲ ਰਹੀ ਹੈ ਇਸ ਪਲਾਂਟ ਦੇ ਵਿੱਚ, ਉਹ ਨੰਬਰਸ ਵੀ ਐਕੂਰੇਟ ਨਹੀਂ ਸੀਗੇ। ਸੋ ਮਚ ਸੋ ਇਨਫੈਕਟ ਕਿ ਲਿਵਿੰਗਸਟਨ ਦੀ ਲੋਕਲ ਗਵਰਨਮੈਂਟ ਨੂੰ ਇਨਵੋਲਵ ਹੋਣਾ ਪਿਆ, ਹੈਲਥ ਡਿਪਾਰਟਮੈਂਟ ਨੂੰ ਇਨਵੋਲਵ ਹੋਣਾ ਪਿਆ, ਫੋਸਟਰ ਫਾਰਮਸ ਨੂੰ ਸ਼ਟ ਡਾਊਨ ਕਰਨਾ ਪਿਆ, ਤਦ ਜਾ ਕੇ ਕੋਈ ਚੇਂਜ ਆਇਆ, ਕੋਈ ਸਟੈਂਡਰਡ ਕੁਛ ਪ੍ਰੋਸੀਜਰਸ ਫੋਲੋ ਕੀਤੇ ਗਏ ਜਿਹਦੇ ਨਾਲ ਇੰਪਲੋਈਜ਼ ਦੀ ਸੇਫਟੀ ਨੂੰ ਇਨਸ਼ੋਰ ਕੀਤਾ ਗਿਆ। ਸੋ ਇਸ ਚੀਜ਼ ਨੂੰ ਲੈ ਕੇ ਆਫਕੋਰਸ ਇਹ ਤਾਂ ਹੁਣ ਇਟਸ ਇਨ ਦ ਪਾਸਟ, ਕਾਫੀ ਲੋਕਾਂ ਦੀ ਜਾਨਾਂ ਵੀ ਗਈਆਂ ਕੋਵਿਡ ਕਰਕੇ, ਇਸ ਆਊਟਬ੍ਰੇਕ ਕਰਕੇ, ਬਟ ਮੋਰ ਇੰਪੋਰਟੈਂਟਲੀ ਇੱਕ ਖੌਫ ਜਿਹਾ ਫੈਲ ਗਿਆ ਉਸ ਵਰਕ ਪਲੇਸ ਦੇ ਵਿੱਚ, ਬਿਕੋਜ਼ ਇੰਪਲੋਇਰਸ ਨੂੰ ਆਲ ਆਫ ਸਡਨ ਇਹ ਲੱਗਿਆ ਕਿ ਜਾਂ ਤਾਂ ਆਪਾਂ ਬਿਮਾਰ ਹੋਈਏ, ਜਾਂ ਅਗਰ ਆਪਾਂ ਕੁਛ ਕਹਿੰਦੇ ਹਾਂ ਸਾਡੇ ਇੰਪਲੋਇਰ ਦੇ ਖਿਲਾਫ ਸਾਡੀ ਨੌਕਰੀ ਜਾਊਗੀ। ਸੋ ਇਸ ਸਿਚੁਏਸ਼ਨ ਦੇ ਵਿੱਚ ਮੈਂ ਤੁਹਾਨੂੰ ਇਸ ਫੋਸਟਰ ਫਾਰਮਸ ਇਸ ਸਟੋਰੀ ਇਹਦੇ ਬਾਰੇ ਵੀ ਜਾਣਕਾਰੀ ਦੇਵਾਂਗੀ। ਸਾਨੂੰ ਜੁਆਇਨ ਕਰ ਰਿਹਾ ਲਿਵਿੰਗਸਟਨ ਕੈਲੀਫੋਰਨੀਆ ਦੇ ਉਸ ਟਾਈਮ ਦੇ ਮੇਅਰ ਗੁਰਪਾਲ ਸਮਰਾ ਜੀ, ਅਤੇ ਮੈਂ ਤੁਹਾਨੂੰ ਇੱਕ ਸੰਸਥਾ ਦੇ ਨਾਲ ਗੱਲ ਕਰਾਵਾਂਗੀ ਜੋ ਖਾਸ ਕਰਕੇ ਲੇਬਰ ਰਾਈਟਸ ਲਈ ਲੜ ਰਹੇ ਹੈ। ਦੇ ਆਰ ਵੈਰੀ ਫੈਮਿਲੀਅਰ ਟੂ ਯੂ, ਖਾਸ ਕਰ ਕੈਲੀਫੋਰਨੀਆ ਦੀ ਕਮਿਊਨਿਟੀ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੀ ਹੈ, ਅਤੇ ਕਿਸ ਤਰ੍ਹਾਂ ਦੇ ਰੀਸੋਰਸਿਸ ਉਹ ਤੁਹਾਡੇ ਲਈ ਪ੍ਰੋਵਾਈਡ ਕਰ ਸਕਦੇ ਅਗਰ ਤੁਸੀਂ ਇਸ ਗਰੁੱਪ ਦੇ ਵਿੱਚ ਬਿਲੋਂਗ ਕਰਦੇ ਹੋ, ਜਾਂ ਤੁਸੀਂ ਇਸ ਮੁੱਦੇ ਦੇ ਨਾਲ ਕਿਸੇ ਵੀ ਤਰ੍ਹਾਂ ਸੰਬੰਧਿਤ ਹੈਗੇ, ਜਾਂ ਕੰਸਰਨ ਹੋ ਕਿ ਇਨ ਲੋਕਾਂ ਦੇ ਹੱਕਾਂ ਨੂੰ ਪ੍ਰੋਟੈਕਟ ਕਰਨਾ ਚਾਹੀਦਾ, ਖਾਸ ਕਰਕੇ ਜਦੋਂ ਉਹਨਾਂ ਦੀ ਸਿਹਤ ਦੀ ਗੱਲ ਆਉਂਦੀ ਹੈ ਡੈਫੀਨੇਟਲੀ ਕੋਵਿਡ ਦੇ ਦੌਰਾਨ। ਸੋ ਇਨ ਸਾਰੀ ਚੀਜ਼ਾਂ ਦੀ ਗੱਲ ਹੋਏਗੀ, ਤੁਸੀਂ ਕਿਤੇ ਨਾ ਜਾਓ, ਕਨਵਰਸੇਸ਼ਨ ਇਸ ਤਰ੍ਹਾਂ ਜਾਰੀ ਰਹੇਗੀ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ।
ब्रेक तो बाद सारे का स्वागत है। तुम वेख रहे हो प्रोग्राम अज का मुद्दा, जिस तरह तुहानू दस्या अज साडा टॉपिक लेबर राइट्स नू लैके आपां गल कर रहे हैं। अफकोर्स सारियां दा फोकस, साडी कम्यूनिटी दा पूरा ध्यान इस वेले किसान मोर्चे ते लग्या होया ते किस तरह दिल्ली दे विच किसान मजदूर एकता सानू वेखण नू मिल रही है, उही एकता ते उही हक दी लड़ाई ते गल इत्थे यूनाइटेड स्टेट्स भी लागू हुंदी है। इत्थे जो साडी कम्यूनिटी दे विच लेबरर्स हन या लेबर दे फील्ड काम करते हैं, ब्लू कॉलर जॉब्स विच इंप्लॉयड हैं, भावें फैक्टरीज होन, ट्रांसपोर्टेशन होए, वड्डे प्लांट्स होन, एग्रीकल्चर होए, उन्हां दी राइट्स दी कुछ गल अज तुहाडे नाल सांझी करना चाहते हैं। बट उस तो पहले मैं तुहानूं थोड़ी जी सिचुएशन दसना चाहती कि ये गल क्यों डिस्कस हो रही है। तो एक इहो जिहे शहर की गल लैके एक एग्जाम्पल के तौर पर आपां तुहानूं कुछ रिसोर्स भी प्रोवाइड करांगे। बट फर्स्ट आई वॉन्ट टू टॉक अबाउट लिविंगस्टन कैलिफोर्निया। कैलिफोर्निया दे विच साडी बहुत वड्डी पॉपुलेशन हैगी, सिखा ने बहुत तरक्की कीती है, बट वक वक लेवल्स अहुदियां ते साडी कम्यूनिटी उत्थे वसदी है। जो साडी कम्यूनिटी फैक्ट्रीज विच काम करदे है उन्हां दे नाल की कुछ वापर रहा है, उन्हां नूं उन्हां दे इंप्लॉईज़ किस तरह ट्रीट कर रहे हैं, खास करके जो बहुत ही वड्डे लेवल दे इंप्लॉईज़ हैं, किस तरह दे राइट्स उन्हां नूं प्रोवाइड करते हैं या डिनाई करते हैं। खास करके जो कोविड की गल आती है, पिछले साल जो कोविड इस कंट्री नूं बहुत ही वड्डे लेवल ते अफेक्ट कर रहा है, जिस तरह की स्टोरी सानू अज इंडिया तो सुन के हैरानी होती है, दुख हुंदा, दर्द हुंदा, किसी ना किसी हद तक इहो जी स्टोरीज़ अमेरिका दे विच भी ਸੁਣਨ ਨੂੰ ਮਿਲ ਰਹੀਆਂ ਸੀ। ਥੈਂਕਫੁਲੀ ਨਾਟ ਦੈਟ ਬੈਡ, ਥੈਂਕਫੁਲੀ ਇੱਥੇ ਦੇ ਸਿਸਟਮ, ਇੱਥੇ ਦੀ ਗਵਰਨਮੈਂਟ, ਇੱਥੇ ਦਾ ਇਨਫਰਾਸਟ੍ਰਕਚਰ ਬਹੁਤ ਮਜ਼ਬੂਤ ਹੈਗਾ ਅਤੇ ਉਨੇ ਇੱਕ ਹੱਦ ਤੱਕ ਗੱਲ ਨਹੀਂ ਪਹੁੰਚੀ। ਬਟ ਜਦੋਂ ਕੋਵਿਡ ਇੱਥੇ ਫੈਲ ਰਹੀ ਸੀ, ਇੰਪਲੋਇਰਸ ਜੋ ਵੱਡੇ ਇੰਪਲੋਇਰਸ ਸੀਗੇ, ਖਾਸ ਕਰਕੇ ਫੈਕਟਰੀਜ਼, ਉਹਨਾਂ ਨੇ ਕੀ ਪ੍ਰੋਟੈਕਸ਼ਨਸ ਲਿੱਤੀਆਂ ਆਪਣੇ ਇੰਪਲੋਈਜ਼ ਨੂੰ ਸੇਫ ਰੱਖਣ ਲਈ, ਉਹਦੀ ਗੱਲ ਕਰਾਂਗੇ। ਸੋ ਵੰਸ ਅਗੈਨ, ਲਿਵਿੰਗਸਟਨ ਕੈਲੀਫੋਰਨੀਆ, Home to Foster Farms, जो कि एक पोल्ट्री प्लांट हैगा, one of the biggest in the entire country, and Livingston, California, जो छोटा जा शहर है, उत्थे साडी कम्यूनिटी भी बहुत वसदी है। तो उत्थे इस प्लांट ने, इस कंपनी ने, Foster Farms ने की कुछ किया, उहदे बारे मैं तुहाडे नाल थोड़ी जी जानकारी शेयर करना चाहती हूँ। इस मुद्दे ते साडे नाल इनफॉर्मेशन ते अपनी इनसाइट शेयर करन लई मैनू बहुत खुशी हो रही है इन्हां नू इनवाइट करदे हुए प्रोग्राम दे विच। सानू जॉइन कर रहे साडे पहले गेस्ट अज दे प्रोग्राम दे विच लिविंगस्टन कैलिफोर्निया तो मिस्टर गुरपाल समरा जी। सब तो पहले गुरपाल जी, तुहाडा प्रोग्राम दे विच स्वागत, सत श्री अकाल। Good to have you, Gurpal ji. You're a long-term resident of Livingston. You see, the local government lagbhag 20 saalan involved hai the local government de vich since 98. But most recently, you served from 2018 to 2020 as the mayor of Livingston, California, which is home to Foster Farms. Sab to pehle, Gurpal ji, ਤੁਸੀਂ ਸਾਨੂੰ ਥੋੜ੍ਹਾ ਦੱਸ ਸਕਦੇ ਹੋ ਕਿ ਫੋਸਟਰ ਫਾਰਮਸ ਦਾ ਕਿੰਨਾ ਵੱਡਾ ਤੁਸੀਂ ਕਹਿ ਲਓ ਪ੍ਰੈਜ਼ੈਂਸ ਹੈਗੀ ਲਿਵਿੰਗਸਟਨ ਕੈਲੀਫੋਰਨੀਆ ਦੇ ਵਿੱਚ? ਅੱਛਾ ਅਸਮਿਤਾ, ਪਹਿਲਾਂ ਤਾਂ ਵੀ ਲਿਵਿੰਗਸਟਨ ਫੋਸਟਰ ਫਾਰਮਸ ਇਜ਼ ਦ ਲਾਰਜੈਸਟ ਪੋਲਟਰੀ ਪ੍ਰੋਡਿਊਸਰ ਇਨ ਕੈਲੀਫੋਰਨੀਆ ਐਂਡ ਦ ਵੈਸਟ ਕੋਸਟ ਜੀ। ਫੋਸਟਰ ਫਾਰਮਸ ਸਪਲਾਈਜ਼ ਅਬਾਊਟ 13% ਆਫ ਦ ਪੋਲਟਰੀ ਇਨ ਦ ਵੈਸਟ ਕੋਸਟ ਏਰੀਆ। ਦੇ ਆਰ ਨਾਟ ਓਨਲੀ ਦ They are the single largest employer in the city of Livingston. Wow. So, sab to vadda employer is shahar de vich Foster Farms hai. It's also the largest, one of the largest in the West Coast, jo poultry supply karde hai. Inna di jo workforce hegi, is particular factory de vich, is Foster Farms di facility de vich, kis tarah da makeup hega inna di employees da? ਅੱਛਾ ਜੀ, ਪਹਿਲਾਂ ਦੱਸਣਾ ਸੀ ਲਿਵਿੰਗਸਟਨ ਦੀ ਆਬਾਦੀ ਹੈਗੀ ਆ 15 to 16 thousand ਜੀ, ਤੇ ਲਿਵਿੰਗਸਟਨ ਫਾਸਟਰ ਫਾਰਮ ਦੀ ਇੰਪਲੋਈ ਹੈਗੇ 5,000। ਵਾਓ। ਤੇ ਅੱਛਾ ਜੀ, ਸਰ ਪਲਾਂਟ ਵਿੱਚ ਨਹੀਂ, ਜਿਹੜੇ ਬਾਹਰ ਇੱਥੇ ਵੀ ਜਿਹੜੇ ਰੈਂਚ ਵਿੱਚ ਆ ਟਰੈਕਟਰ ਵੀ ਸਾਰੇ ਜਿਹੜੇ ਕੰਪਨੀ ਕੋਪਰੇਟ ਨਾ, ਤੇ ਲਿਵਿੰਗਸਟਨ ਦੇ ਹੈੱਡਕੁਆਰਟਰ ਵਿੱਚ ਇਹਨਾਂ ਦੇ 5,000+ ਇੰਪਲੋਈਜ਼ ਆ। ਵਾਓ। ਤੇ ਮੈਂ ਦੱਸਣਾ ਸੀ ਪਰਸਪੈਕਟਿਵ ਇਹ ਕਮਿਊਨਿਟੀ ਦੇ ਵੀ 30-40% ਉੱਥੇ ਕੰਮ ਕਰ ਰਹੇ ਆ ਜੀ 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 ਅਤੇ ਇਹਨਾਂ ਵਿੱਚੋਂ ਆਪਣੇ ਪੰਜਾਬੀ ਜਾਂ ਸਿੱਖ ਕਿੰਨੇ ਕੁ ਹੋਣਗੇ ਤੁਹਾਡੇ ਐਸਟੀਮੇਟ ਦੇ ਵਿੱਚ, ਖਿਆਲ 'ਚ?
ਪੈਸਮੈਂਟ ਤਾਂ ਪੂਰਾ ਹੈ ਨਹੀਂ ਪਰ ਇੱਥੇ ਆਪਾਂ ਵੀ ਕਹਿ ਸਕਦੇ ਹਾਂ ਵੀ ਲਿਵਿੰਗਸਟਨ ਦੇ ਵਿੱਚ ਆਪਣੇ 17% ਪੰਜਾਬੀ ਪਾਪੂਲੇਸ਼ਨ ਹੈਗੀ ਆ ਇਹਦੇ ਵਿੱਚੋਂ ਇਹ ਹੋ ਗਈ ਵੀ 5-6 thousand ਆਪਣੀ ਇੱਥੇ ਰੈਜ਼ੀਡੈਂਟਸ ਹੋਣਗੇ ਲਿਵਿੰਗਸਟਨ ਦੇ ਉਹਦੇ ਵਿੱਚੋਂ 30-40% 12-13 ਉੱਥੇ ਲਿਵਿੰਗਸਟਨ ਦੇ ਜ਼ਰੂਰ ਕੰਮ ਕਰਦੇ ਆ ਫਸਟ ਆਫ ਆਲ ਜਾਂ ਪਲਾਂਟ ਵਿੱਚ ਜਾਂ ਸਪੋਰਟਿੰਗ ਸਰਵਿਸਿਜ਼ ਵਿੱਚ वाओ मतलब आपां इत्थे आसानी नाल कह सकदे आं कि एक बहुत ही वड्डी चंक इस कंपनी दी वर्कफोर्स साडी कम्युनिटी विच आंदी है पंजाबी सिख पॉपुलेशन जो कि लिविंगस्टन तुहाडे शहर च काफ़ी वड्डी गिनती दे विच वसदे आ गुरपाल जी जदों पिछले साल खबरां निकलियां कि फॉस्टर फार्म्स दे विच कोविड दी आउटब्रेक्स किन्ने वड्डे लेवल ते स्प्रेड हो रही सी ओदे बारे तुसी सानू की दस सकदे हो किद्दां ये चीज़ शुरू हुई ते किद्दां इस चीज़ नू फॉस्टर फार्म्स ने हैंडल कीता बिफोर द सिटीज़ इन्वॉल्वमेंट अच्छा जी पहला तो ना भी अभी अच्छे भी जिधर तो ना पता भी हेल्थ पार्टनर रिपोर्ट देने दे शहर में भी तो डे कम्युनिटी दे वैसे की केस टाइम पे आ वो हो रिलाय कर दे आ भी जिधर एम्प्लॉयर जहाँ भी जोर स्टेशन रिपोर्ट कर दे उन्होंने भी कि नहीं उन्होंने केस हुई आ करके हेल्थ पार्ट नहीं पता हम दा तो उसी जिधर तो ना फास्ट ऑफ पार्म जब बाकी दिन देसी उसी वो उन्होंने डेटा ला के रिपोर्ट कर दे भी ला अभी लिविंगस्टन जहाँ मर्सिड ने भाई नहीं किन्हीं केस है सोले ਉਹਦੇ ਵਿੱਚੋਂ ਮੈਨੂੰ ਲੋਕੀ ਆਣ ਕਹਿ ਵੀ ਗੁਰਪਾਲ ਵੀ ਸਾਡਾ ਸੋਹਣਾ ਵੀ ਜੋ ਪਾਸੇ ਉਹਨੂੰ ਕਹਿੰਦਾ ਵੀ ਠੀਕ ਨਹੀਂ ਸਾਨੂੰ ਦੱਸਦਾ ਅੱਛਾ ਇਹ ਵੀ ਜੋ ਮੈਂ ਕਿਹਾ ਨਹੀਂ ਵੀ ਸਾਨੂੰ ਰਿਪੋਰਟ ਭੇਜਦੇ ਆ ਵੀ ਇੰਨੇ ਕੇਸ ਆ ਕਹਿੰਦੇ ਨਹੀਂ ਇਹ ਸੱਚ ਨਹੀਂ ਅਸੀਂ ਤੁਹਾਨੂੰ ਮਿਲਾ ਸਕਦੇ ਬੰਦਿਆਂ ਨੂੰ ਜਿਹੜਾ ਇੱਦੋ ਜ਼ਿਆਦਾ ਕੇਸ ਹੈਗੇ ਤੁਸੀਂ ਕਿੱਦਾਂ ਕਹਿ ਸਕਦੇ ਆ ਤੁਸੀਂ ਕਹਿੰਦੇ ਵੀ 38 ਕੇਸ ਆ ਤੇ ਤੁਹਾਨੂੰ ਮੈਂ ਤੁਹਾਨੂੰ ਸੱਚ ਨੂੰ ਮਿਲਾ ਆਉਂਦੇ ਅਸੀਂ ਤੁਹਾਨੂੰ ਮਿਲਾ ਆਉਂਦੇ ਹਾਂ ਠੀਕ ਹੈ ਵਿੱਚੋਂ ਇਹ ਵੀ ਇਹ ਰਿਪੋਰਟ ਠੀਕ ਨਹੀਂ ਤੇ ਇਹ ਕਰਕੇ ਵੀ ਸਾਨੂੰ ਅਲਰਟ ਆਈ ਤੇ ਬਾਹਰੋਂ ਵੀ ਇਹ ਵੀ ਜੇ ਫਸਟ ਫਾਰਮ ਸ਼ਾਇਦ ਵੀ ਰਿਪੋਰਟ ਨਾ ਚੀ ਦਿੰਦਾ ਹੋ ਗਿਆ ਤੇ ਇਸ ਕਰਕੇ ਫਿਰ ਅਸੀਂ ਕਾਉਂਟੀ ਹੈਲਥ ਡਿਪਾਰਟਮੈਂਟ ਤੋਂ ਗਏ ਤੇ ਵੀ ਸਾਨੂੰ ਸੁਣਿਆ ਵੀ ਡਿਸਕ੍ਰਪੈਂਸੀ ਹੋ ਗਈ ਵੀ ਜਾਂ ਉਹ ਦਿੰਦੇ ਜਾਂ ਕੋਈ ਠੀਕ ਨਹੀਂ ਜਾਂ ਸਿਟੀਜ਼ਨ ਪੰਗਾ ਪਾਤੇ ਆ ਤੇ ਫਿਰ ਉਹਨੇ ਆ ਕੇ ਫਿਰ ਇਨਵੈਸਟੀਗੇਸ਼ਨ ਕਰਨ ਲੱਗੇ ਸੀ अच्छा जी तो जो तुसी इन्वेस्टिगेशन की सिटी गवर्नमेंट जो इन्वॉल्व हुई इस केस दे विच ते की कुछ उन्होंने डिस्कवर किया ओके हेल्थ डिपार्टमेंट दे केंद्र भी अभी ये डिस्क्रिप्शन अभी ये ये फास्ट ऑफ फंड रिपोर्ट असली नहीं ये ठीक नहीं ते ओनी ते इन्वेस्टिगेशन खोल ली वे नंबर की आ फास्ट ऑफ फंड ने कई बार डिस्प्यूट किए नंबर असली केस पता एम्प्लॉई कम से नहीं आने पता पर नहीं आए कम से जी 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 बिलकुल जदोंबर है 278 अच्छा जी इन्फॉर्मेशन गलत है पर खीरे से जाके ना फिर असि बार इंडिपेंडेंट रिपोर्ट ली देखा भी फास्ट फॉर्म पूरी रिपोर्ट नहीं देंगे जी करके ਵਿੱਚੋਂ ਸੀ ਜਿਹੜੇ ਟੈਂਪਰੇਰੀ ਵਰਕਰ ਨਹੀਂ ਗੰਦੇ ਸੀ ਇਹ ਵਿੱਚੋਂ ਜੀ ਤੇ ਇਹਦੇ ਵਿੱਚੋਂ ਤੇ ਹੈਲਥ ਡਿਪਾਰਟਮੈਂਟ ਤੇ ਸਟੇਟ ਇਨਸਪੈਕਟਰ ਸਾਰੇ ਆਏ ਤੇ ਉਸਾ ਵੀ ਇਨਵੋਲਵਮੈਂਟ ਹੋਈ ਤੇ ਸੇ ਸਾਡੇ ਰੈਫਰੈਂਸ ਨੰਬਰ ਆਉਣ ਲੱਗੇ ਅੱਛਾ ਜੀ ਤੇ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਓਸ਼ਾ ਤੇ ਸਟੇਟ ਐਕਸਕਿਊਜ਼ ਮੀ ਹੈਲਥ ਡਿਪਾਰਟਮੈਂਟ ਇਨਵੋਲਵ ਹੋਇਆ ਸਿਟੀ ਗਵਰਨਮੈਂਟ ਇਨਵੋਲਵ ਹੋਈ ਸੋ ਹਾਊ ਡਿਡ ਫੋਸਟਰ ਫਾਰਮਸ ਰਿਸਪੋਂਡ ਉਹਨਾਂ ਨੇ ਕੁਝ ਵੱਖਰਾ ਕੀਤਾ ਉਸ ਤੋਂ ਬਾਅਦ ਮਤਲਬ ਕੀ ਨਤੀਜਾ ਹੋਇਆ ਇਨ ਸਾਰੇ ਐਕਸ਼ਨਸ ਦਾ
ਪਹਿਲਾਂ ਤਾਂ ਵੀ ਤੁਹਾਨੂੰ ਪਤਾ ਵੀ ਇੱਥੇ ਵੀ ਯੂਨਾਈਟਡ ਸਟੇਟਸ ਉਹਨਾਂ ਦੇ ਵੀ ਕਈ ਥਾਂ ਤੇ ਉਹਨੇ ਅਪੀਲ ਕੀਤੇ ਜੱਜਾਂ ਕੋਲ, ਕਈ ਉਹਨਾਂ ਨੇ ਅਪੀਲ ਕੀਤੇ, ਸਾਰਿਆਂ ਨੇ ਅਪੀਲ ਕੀਤੇ ਤੇ ਪਰ ਖੀਰੇ ਤੇ ਅਸੀਂ ਕਿਹਾ ਨਾ ਫਿਰ ਬਈ ਜੇ ਤੁਹਾਡਾ ਨੰਬਰ ਹੈ ਠੀਕ ਨਹੀਂ ਤੇ ਤੁਹਾਡੇ ਕੋਲ ਕੋਵਿਡ ਕੰਟਰੋਲ ਨਹੀਂ ਤੇ ਅਸੀਂ ਤੁਹਾਨੂੰ ਹੁਣ ਅਸੀਂ ਤੁਹਾਨੂੰ ਬੰਦ ਕਰ ਦੇਣਾ, ਸਾਨੂੰ ਤੁਹਾਨੂੰ ਫਸਟ ਆਫ ਆਲ ਕਲੋਜ਼ ਕਰਕੇ ਤੁਹਾਨੂੰ ਸਾਰੀ ਸਾਰੇ ਸਕਰੀਨ ਕਰਨੇ ਪੈਣੇ, ਸਾਰਿਆਂ ਨੂੰ ਟੈਸਟ ਕਰਨਾ ਪੈਣਾ ਤੇ ਤੁਹਾਨੂੰ ਸਾਰੇ ਸੈਨੀਟਾਈਜ਼ ਕਰਨੇ ਪੈਣੇ ਤੇ ਫਿਰ ਤੁਸੀਂ ਕੰਮ ਤੋਂ ਲਿਆ ਸਕਦੇ ਸਾਨੂੰ। ਜੀ ਜੀ ਐਂਡ ਆਫ ਕੋਰਸ ਗੁਰਪਾਲ ਜੀ, ਯੂ ਨੋ ਯੂਅਰ ਅ ਕਰੰਟ ਰੈਜ਼ੀਡੈਂਟ, ਯੂਅਰ ਨੋ ਲੋਂਗਰ ਮੇਅਰ, ਬਟ ਐਜ਼ ਅ ਪ੍ਰਾਈਵੇਟ ਸਿਟੀਜ਼ਨ ਤੁਸੀਂ ਹਾਲੇ ਵੀ ਕਮਿਊਨਿਟੀ ਦੇ ਵਿੱਚ ਇਨਵੋਲਵਡ ਹੋ, ਵਿਚਰਦੇ ਹੋ ਕਾਫੀ, ਯੂ ਨੋ ਤੁਹਾਡੀ ਪਾਰਟੀਸੀਪੇਸ਼ਨ ਐਕਟਿਵ ਤੌਰ 'ਤੇ ਹੈਗੀ ਕਮਿਊਨਿਟੀ ਦੇ ਵਿੱਚ, ਅੱਜ ਦੀ ਡੇਟ ਦੇ ਵਿੱਚ ਵਟ ਵੁੱਡ ਯੂ ਸੇ ਇਜ਼ ਦ ਸਿਨੈਰੀਓ? ਡੂ ਯੂ ਫੀਲ ਲਾਈਕ ਜੋ ਉੱਥੇ ਦੇ ਇੰਪਲੋਈਜ਼ ਹੈਗੇ ਉਹਨਾਂ ਲਈ ਇੱਕ ਸੇਫ ਅਤੇ ਸਟੈਂਡਰਡ ਜੋ ਮਿਨੀਮਮ ਸਟੈਂਡਰਡਸ ਹੁੰਦੇ ਹੈ ਇੱਕ ਵਰਕਪਲੇਸ ਸੇਫਟੀ ਦੇ, ਉਹਦੇ ਮੁਤਾਬਿਕ ਇਹ ਪਲਾਂਟ ਇਹ ਫੈਸਿਲਿਟੀ ਹੁਣ ਆਪਰੇਟ ਕਰ ਰਹੀ ਹੈ? ਹਾਂਜੀ, ਹੁਣ ਤਾਂ ਨਾ ਫਿਰ 2-3 ਮੰਥਸ ਵਿੱਚ ਨਾ ਪੈਕ ਹੋ ਕੇ ਫਾਸਟਰ ਫਾਰਮ ਨੇ ਹੱਥ ਪਾਉਣਾ ਕਰਕੇ ਨਾ ਸੱਦ ਕੇ ਤੇ ਜਿਹੜੇ ਇੰਪਲੋਈ ਆ ਸਾਰਿਆਂ ਨੇ ਕੋਵਿਡ ਦੀ ਵੈਕਸੀਨ ਦਿੱਤੀ ਹੈ ਨਾ ਕਰਕੇ ਕੋਵਿਡ ਸਾਰੇ ਮਿਲ ਗਏ ਜਿਹਨੂੰ ਚਾਹੁੰਦੇ ਸੀ ਜਿਹੜੇ ਮੰਗਦੇ ਸੀ ਜੀ ਤੇ ਉਹਦੇ ਵਿੱਚੋਂ ਇਸ ਵੇਲੇ ਪਰ ਆਪਾਂ ਹੁਣ ਮੇਲ ਤਾਂ ਹੈ ਨੀ ਸ਼ਹਿਰ ਦੇ ਵਿੱਚ, ਪਰ ਜੇ ਆਪਾਂ ਗੁਰਦੁਆਰੇ ਜਾਣ ਜਾਂ ਪਾਰਕ ਆਪਣੇ ਸਭ ਫੇਰ ਵੀ ਮਿਲਦੇ ਆ, ਹੁਣ ਅੱਗੇ ਨੂੰ ਕੰਪਲੇਨ ਨੀ ਸੁਣਦੇ ਵੀ ਅੱਗੇ ਅੰਦਰ ਵੀ ਸਾਡੀ ਨਹੀਂ ਸਾਡੀ ਆਵਾਜ਼ ਕਰਦੇ ਤੇ ਇਸ ਵੇਲੇ ਹੈਲਥ ਡਿਪਾਰਟਮੈਂਟ ਸਟੇਟ ਵੀ ਇਸ ਵੇਲੇ ਉਹਨਾਂ ਦੀ ਮਾਨੀਟਰ ਕਰ ਰਹੇ ਆ ਵੀ ਆਪਣੀ ਸੋਸ਼ਲ ਡਿਸਟੈਂਸਿੰਗ ਤੇ ਸਾਰੇ ਮੈਸਕ ਸਭ ਕੁਛ ਪਾਉਂਦੇ ਕਿ ਨਹੀਂ ਪਾਉਂਦੇ ਤੇ ਇਸ ਵੇਲੇ ਵਿੱਚੋਂ ਕਈ ਹੋ ਸਕਦਾ ਪਰ ਜਨਰਲੀ ਕੰਪਲਾਇੰਸ ਹੈਗੇ ਆ ਫਸਟ ਆਫ ਆਲ ਜਿਹੜਾ ਮੈਨੂੰ ਪਤਾ ਜੀ ਜੀ ਦੈਟਸ ਗੁੱਡ ਟੂ ਹੀਅਰ, ਦੈਟਸ ਡੈਫੀਨਟਲੀ ਗੁੱਡ ਟੂ ਹੀਅਰ ਐਂਡ ਯੂ ਨੋ ਜਿਸ ਤਰ੍ਹਾਂ ਇਹ ਸਟੋਰੀ ਡਿਵੈਲਪ ਹੋਈ ਹੈ ਇਟਸ ਗੁੱਡ ਟੂ ਸੀ ਕਿ ਲੋਕਲ ਗਵਰਨਮੈਂਟ ਦਾ ਕਿੰਨਾ ਕੁ ਰੋਲ ਰਹਿੰਦਾ ਹੈ ਕਮਿਊਨਿਟੀ ਨੂੰ ਪ੍ਰੋਟੈਕਟ ਕਰਨ ਦਾ, ਈਵਨ ਐਟ ਦ ਲੈਵਲ ਜਦੋਂ ਇੰਨੀ ਵੱਡੀ ਕੋਈ ਕੰਪਨੀ ਜਾਂ ਕੋਈ ਕੰਗਲੋਮਰੇਟ ਹੋਏ ਦੈਟ ਬੇਸਿਕਲੀ ਇੰਪਲੋਈਜ਼ ਮਤਲਬ ਯੂ ਨੋ ਇੱਕ ਸ਼ਹਿਰ ਦੀ 30% ਪਾਪੂਲੇਸ਼ਨ ਉਹਨਾਂ ਦੀ ਵਰਕਫੋਰਸ ਵਿੱਚ ਹੈਗੀ, ਰਾਈਟ? ਸੋ ਆਈ ਐਮ ਰੀਅਲੀ ਗਲੈਡ ਟੂ ਹੀਅਰ ਕਿਸ ਤਰ੍ਹਾਂ ਇਹ ਚੀਜ਼ ਅਨਫੋਲਡ ਹੋਈ ਪਿਛਲੇ ਸਾਲ ਅਤੇ ਕਿੱਥੇ ਆਪਾਂ ਆ ਕੇ ਅੱਜ ਦੀ ਡੇਟ ਦੇ ਵਿੱਚ ਖੜ੍ਹੇ ਹਾਂ। ਗੁਰਪਾਲ ਸਮਰਾ ਜੀ, ਥੈਂਕ ਯੂ ਸੋ ਮੱਚ, ਫੋਰਮਰ ਮੇਅਰ ਆਫ ਲਿਵਿੰਗਸਟਨ ਕੈਲੀਫੋਰਨੀਆ, ਹੋਮ ਟੂ ਫੋਸਟਰ ਫਾਰਮਸ, ਜਿਨ੍ਹਾਂ ਦੀ ਗੱਲ ਅੱਜ ਹੋ ਰਹੀ ਹੈ। ਗੁਰਪਾਲ ਜੀ, ਐਨੀਥਿੰਗ ਯੂਡ ਲਾਈਕ ਟੂ ਕਲੋਜ਼ ਆਊਟ ਵਿਦ ਬਿਫੋਰ ਵੀ ਲੈਟ ਯੂ ਗੋ ਟੁਨਾਈਟ? Just to say that we hamesha sare public nu chahta hai local government participate karo je koi problem hai conglomerate mein ja koi tusi je involve nahi hoye tade ko sunda nahi involvement ho tade sal sunnu ha te sare kanna vi ja ke apni vote pao je nahi te tusi je local politician jere ya ਉਹਨਾਂ ਨੇ ਹਮੇਸ਼ਾ ਮਾਨੀਟਰ ਕਰੋ ਕਰਕੇ ਆਪਣੀ ਨੌਕਰੀ ਆਪਾਂ ਉਹਨਾਂ ਦੀ ਨੌਕਰੀ ਨਹੀਂ। ਬਿਲਕੁਲ ਬਿਲਕੁਲ, ਐਬਸੋਲੂਟਲੀ, ਆਈ ਕੁਡਨਟ ਅਗਰੀ ਵਿਦ ਯੂ ਮੋਰ। ਮਿਸਟਰ ਗੁਰਪਾਲ ਸਮਰਾ, ਵਾਂਸ ਅਗੇਨ ਫਾਰਮਰ ਮੇਅਰ ਆਫ ਲਿਵਿੰਗਸਟਨ ਕੈਲੀਫੋਰਨੀਆ, ਥੈਂਕ ਯੂ ਸੋ ਮੱਚ ਗੁਰਪਾਲ ਜੀ, ਹੈਵ ਅ ਗੁੱਡ ਰੈਸਟ ਆਫ ਯੂਰ ਈਵਨਿੰਗ, ਸਤਿ ਸ਼੍ਰੀ ਅਕਾਲ। ਜੀ ਐਂਡ ਮੈਂ ਵਿਊਅਰਸ ਨੂੰ ਦੱਸਣਾ ਚਾਹੁੰਦੀ ਹਾਂ, ਇਹ ਤਾਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਕੇਸ ਬਾਰੇ ਦੱਸਿਆ ਕਿ ਫੋਸਟਰ ਫਾਰਮਸ ਨੇ ਕਿਸ ਤਰ੍ਹਾਂ ਦਾ ਕੀ ਉਹਨਾਂ ਦੀ ਮੈਨੇਜਮੈਂਟ ਅਤੇ ਹੈਂਡਲਿੰਗ ਸੀਗੀ ਕੋਵਿਡ ਕ੍ਰਾਈਸਿਸ ਨੂੰ ਲੈ ਕੇ ਪਿਛਲੇ ਸਾਲ, ਬਟ ਅੱਜ ਦੀ ਡੇਟ ਦੇ ਵਿੱਚ ਵਾਂਸ ਅਗੈਨ ਇਸ ਸ਼ਹਿਰ ਦੇ ਵਿੱਚ ਜਿੱਥੇ ਇੰਨੀ ਵੱਡੀ ਸਿੱਖ ਪੰਜਾਬੀ ਗਿਣਤੀ ਹੈਗੀ ਅਤੇ ਇਸ ਪਲਾਂਟ ਦੇ ਵਿੱਚ ਇੱਕ ਮਜੋਰਿਟੀ ਹੈ ਵਰਕਫੋਰਸ ਜੋ ਸਾਡੀ ਕਮਿਊਨਿਟੀ ਤੋਂ ਆਉਂਦੀ ਹੈ, ਉਹਨਾਂ ਦੇ ਹੱਕ ਜਸਟ ਬਿਕੋਜ਼ ਇੰਪਲੋਇਰ ਨੇ ਕਹਿਤਾ ਕਿ ਹਾਂਜੀ ਆਪਾਂ ਤੁਹਾਡਾ ਟੇਕ ਕੇਅਰ ਕਰ ਰਹੇ ਹਾਂ, ਡਜ਼ ਨਾਟ ਮੀਨ ਕਿ ਉਹ 100% ਟੇਕ ਕੇਅਰ ਹੋਏਗੀ। ਸੋ ਉਹਨਾਂ ਲਈ ਕੁਛ ਰੀਸੋਰਸਿਸ ਅਤੇ ਜਾਣਕਾਰੀ ਕਿ ਅੱਜ ਦੀ ਡੇਟ ਦੇ ਵਿੱਚ ਕੀ ਸੰਸਥਾਵਾਂ ਉਨ ਵਰਕਰਸ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਲਈ, ਖਾਸ ਕਰਕੇ ਜਦੋਂ ਇੰਨੀ ਵੱਡੀ ਕਿਸੇ ਕੰਪਨੀ ਜਾਂ ਕਾਰਪੋਰੇਸ਼ਨ ਦੇ ਵਿੱਚ ਕੰਮ ਕਰਦੇ ਹੈ, ਉਹਨਾਂ ਲਈ ਕੀ ਰਿਸੋਰਸਿਸ ਅਵੇਲੇਬਲ ਹਨ, ਇਹਦੀ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ।
ब्रेक तो बाद एक बार फिर साहिदा स्वागत तुसी वेख रहे हो प्रोग्राम अज दा मुद्दा ते गल हो रही है कि किस तरह दी लेबर राइट्स साडी कम्युनिटी नूं किना दे बारे जानकार होना चाहिए, खास करके जो साडी सेंट्रल वैली दे विच वसदी हुई कम्युनिटी हैगी पंजाबियां दी। इस एरिया दे विच खास करके कैलिफोर्निया दे विच जदों लेबर दी गल आंदी है, साडी कम्युनिटी हैज़ अ लॉट ऑफ कॉमनैलिटीज विद दी हिस्पैनिक लैटिनो कम्युनिटी, खास करके इस तरह दी वर्किंग इनवायरमेंट्स दे विच। तो जिते वर्किंग इनवायरमेंट्स की गल आती है, जो तुहाडे हक हन, तुहाडी प्रोटेक्शनस, तुहाडे इंपलॉयर्स तुहानूं ओ करदे है, उन्हां दे बारे जानकारी देने लई ते उन राइट्स नूं एक्सपैंड करन लई, खास करके कोविड दे टाइम दे विच जदों होर भी सख्ती दे नाल इंपलॉयर्स नूं, खास करके वड्डे इंपलॉयर्स जिस तरह के प्लांट्स, फैक्टरीज अक्सर सानूं कैलिफोर्निया विच वेखण नूं मिलदी हैं, उन्हां दी की ऑब्लीगेशनस बनदी हैं ते उन ऑब्लीगेशनस नूं इनफोर्स करने लिए की संस्थावां लगियां हुई हैं, ताकि तुहाडी वर्कप्लेस तुहाडे हक्कां दी तुसी कह लो तुहाडी हैल्थ ते तुहाडे राइट्स नूं मेनटेन करदे हुए वो वर्कप्लेस चल रही है। इस चीज़ ते साडे नाल जानकारी शेयर करने लिए ते एक नवा इनिशिएटिव लैके आ रहे है जकारा मूवमेंट। ऑफकोर्स कैलिफोर्निया दे विच जकारा नूं कौन नहीं जानदा। नॉर्मली ये पंथ ते अपनी कम्यूनिटी दे सिविल लिबर्टीज़ दे राइट्स लई लड़दे है, बट अज ये लेबर राइट्स भी लड़ रहे हैं अंडर दिस न्यू इनिशिएटिव। सो सब तो पहले मैं इंट्रोड्यूस करना चाहूँगी, जॉइनिंग अस फ्रॉम कैलिफोर्निया सेंट्रल वैली जकारा द टीम वालों नवदीप कौर जी। नवदीप जी, वेलकम टू द प्रोग्राम, सत श्री अकाल। सत श्री अकाल। कम्युनिटी एंड लेबर ऑर्गेनाइजर फ्रॉम द सेंट्रल वैली, नवदीप जी सब तो पहले तो वेलकम टू द प्रोग्राम। जकारा दा यू नो अक्सर ना आप सुनते हैं व्हेन इट कम्स टू एम्पावरिंग द यूथ, डूइंग लोकल इवेंट्स इन द कम्युनिटी। आई मीन एनी टाइम यू ड्राइव कैलिफोर्निया दे हाईवेज ते लिखा होता है दिस पोर्शन ऑफ द हाईवे इज स्पॉन्सर्ड बाय जकारा मूवमेंट। आई लव सीइंग दोज साइंस। बट अज तुसी एक नवा इनिशिएटिव लैके आ रहे हो विच आई थिंक कुड नॉट बी मोर टाइमली एंड रेलेवेंट अज दी डेट दे विच, खास करके साडी पंजाबियां लई जो सेंट्रल वैली दे विच इन तरह दी एम्प्लॉयमेंट होल्ड करदे। सो टेल अस अबाउट दिस न्यू इनिशिएटिव। हाँ जी, असी इस महीने ही असी एक अपना इनिशिएटिव शुरू किया जकारा लेबर राइट्स। इसका मकसद असी शुरू करन दा हैगा कि असी अपने जिहड़े भाईचारे दे अपने वर्करस आ, इन्ने ज़्यादा जिहड़े फैक्ट्रीज च काम करदे आ, कंपनीज, लार्ज कंपनीज च काम करदे आ, वेयरहाउसेस विच, उहनां नूं उहनां दे हक्कां बारे पता लगे, उहनां नूं एजुकेट करिए, ऑर्गेनाइज करिए ते इंपावर करिए उहनां दे हक्कां बारे ते उहनां दे बेनीफिट्स बारे। अ लॉट ऑफ टाइम्स ये जिहड़ियां वड्डियां कंपनियां होंदियां ਉਹ ਦੱਸਦੀਆਂ ਨਹੀਂ ਹੁੰਦੀਆਂ ਆਪਣੇ ਵਰਕਰਸ ਨੇ, ਰਾਈਟ, ਕੀ ਹੈ ਨਾ ਕਿ ਲਾਈਕ ਤੁਹਾਡੇ ਹੱਕ ਕੀ ਆ, ਤੁਸੀਂ ਕਦੋਂ ਟਾਈਮ ਆਫ ਲੈ ਸਕਦੇ ਆ, ਜੇ ਤੁਸੀਂ ਸਿੱਖ ਕੇ ਆ, ਯੂ ਨੋ, ਜਿੱਦਾਂ ਹੁਣ ਆਪਣਾ ਕੋਵਿਡ ਹੋ ਕੇ ਹਟਿਆ ਆ ਤੇ ਇਸ ਵਿੱਚ ਆਪਣੇ ਸਪਲੀਮੈਂਟਲ ਪੇਡ ਲੀਵ ਸੀਗੀ, ਜਿਸ ਵਿੱਚ ਜਿੱਦਾਂ ਯੂ ਨੋ ਲਾਈਕ ਤੁਹਾਡੇ ਆਪਣੇ ਟਾਈਮ ਆਫ ਲੈਣ ਦੀ, ਜੇ ਤੁਹਾਨੂੰ ਕੋਵਿਡ ਹੋਇਆ ਜਾਂ ਫਿਰ ਤੁਸੀਂ ਸਿੱਖ ਗਿਆ, ਪਰ ਇਹ ਇੰਪਲੋਇਰਸ ਦੱਸਦੇ ਨਹੀਂ ਹੋ, ਜਿਸ ਕਰਕੇ ਜਿੱਦਾਂ ਹੁਣ ਫਿਰ ਆਪਣੇ ਵਰਕਰਸ ਜਿਹੜੇ ਆ ਪੰਜਾਬੀ ਆ ਜਾਂ ਫਿਰ ਲਤੀਨੋ ਆ, ਉਹ ਕੰਮ 'ਤੇ ਜਾਂਦੇ ਰਹਿੰਦੇ ਆ ਅਤੇ ਭਾਵੇਂ ਉਹਨਾਂ ਨੂੰ ਸਿੱਖ ਉਹ ਭਾਵੇਂ ਯੂ ਨੋ ਉਹਨਾਂ ਕੋਲ ਜੇ ਕੋਈ ਲੱਛਣ ਵੀ ਹੋਣ ਜਾਂ ਫਿਰ ਉਹਨਾਂ ਨੂੰ ਡਰ ਆ ਕਿ ਕਿਤੇ ਸਾਡੇ ਕੰਮ ਨਾ ਛੱਟ ਜਾਣ, ਰਾਈਟ, ਹੈ ਨਾ, ਐਂਡ ਇਸ ਕਰਕੇ ਹੀ ਉਹ ਕੰਮ 'ਤੇ ਜਾਂਦੇ ਰਹਿੰਦੇ ਤਾਂ ਫਿਰ ਇਹੀ, ਪਰ ਉਹਨਾਂ ਦੇ ਹੱਕਾਂ ਕਰਕੇ ਉਹਨਾਂ ਨੂੰ ਜਦ ਪਤਾ ਨਹੀਂ ਹੋ ਤਾਂ ਫਿਰ ਬਾਕੀ ਸਾਰੇ ਜਾਣੇ ਵੀ ਸਿੱਖ ਹੁੰਦੇ ਆ, ਰਾਈਟ, ਹੈ ਨਾ, ਐਂਡ ਦੈਨ ਇੱਦਾਂ ਹੀ ਫਿਰ ਮੌਤਾਂ ਹੁੰਦੀਆਂ, ਐਂਡ ਇਟ ਇਟ ਜਸ ਅਫੈਕਟਸ ਆਰ ਕਮਿਊਨਿਟੀ ਐਜ਼ ਅ ਹੋਲ। ਸੋ ਇਹ ਜਿਹੜਾ ਆਪਣਾ ਇਨੀਸ਼ੀਏਟਿਵ ਆ, ਇਹ ਐਕਚੁਲੀ ਸ਼ੁਰੂ ਹੋਇਆ ਆ, ਅਸੀਂ ਪਹਿਲਾਂ ਕਰਦੇ ਸੀਗੇ ਲਾਸਟ ਈਅਰ ਆਪਣੇ ਜਿਹੜੇ ਭਾਈਚਾਰੇ ਦੇ ਵਿੱਚ, ਜਿੱਦਾਂ ਜਿਹੜੇ ਆਪਣੇ ਫੋਸਟਰ ਫਾਰਮ ਦੇ ਵਰਕਰਸ ਆ, ਉਹ ਸਾਨੂੰ ਕੰਟੈਕਟ ਕਰਦੇ ਹੁੰਦੇ ਸੀ ਅਤੇ ਅਸੀਂ ਗੱਲ ਕਰ ਉਹਨਾਂ ਦੇ ਯੂ ਨੋ ਦੇਖਦੇ ਹੁੰਦੇ ਸੀ ਕਿ ਅਸੀਂ ਕਿਸ ਤਰੀਕੇ ਨਾਲ ਉਹਨਾਂ ਦੀ ਮਦਦ ਕਰ ਸਕਦੇ ਹਾਂ। ਪਰ ਆਹ ਜਿਹੜਾ ਇਨੀਸ਼ੀਏਟਿਵ ਹੈ, ਇਹ ਅਸੀਂ ਫੁੱਲ ਔਨ ਯੂ ਨੋ ਸ਼ੁਰੂ ਕੀਤਾ ਆ ਆਪਣੇ ਲੇਬਰ ਐਂਡ ਵਰਕਰਸ ਡਿਵੈਲਪਮੈਂਟ ਏਜੰਸੀ ਦੇ ਫੰਡਸ ਦੇ ਨਾਲ, ਜੋ ਕਿ ਜਿੱਦਾਂ ਗਵਰਨਮੈਂਟ ਦੀ ਏਜੰਸੀ ਆ। ਇਹ ਏਜੰਸੀ ਨੇ 109 ਹੋਰ ਕਮਿਊਨਿਟੀ ਔਰਗਨਾਈਜੇਸ਼ਨਸ ਨੂੰ ਫੰਡਸ ਦਿੱਤੇ ਆ ਡਿਫਰੈਂਟ ਡਿਫਰੈਂਟ ਇੰਡਸਟਰੀ ਵਰਕਰਸ ਨਾਲ ਕੰਮ ਕਰਨ ਲਈ। ਸੋ ਸਾਡਾ ਮੇਨ ਫੋਕਸ ਹੈਗਾ ਆਪਣੇ ਪੰਜਾਬੀ ਤਾਂ ਲਤੀਨੋ ਭਾਈਚਾਰਿਆਂ ਨਾਲ। ਵੰਡਰਫੁਲ। ਨਵਦੀਪ ਜੀ, ਤੁਸੀਂ ਸਾਨੂੰ ਥੋੜ੍ਹਾ ਦੱਸਿਆ ਕਿ ਇਹ ਜੋ ਨਵਾਂ ਇਨੀਸ਼ੀਟਿਵ ਜਕਾਰਾ ਵੱਲੋਂ ਕਾਲਡ ਦ ਜਕਾਰਾ ਲੇਬਰ ਰਾਈਟਸ ਇਨੀਸ਼ੀਟਿਵ ਕਿਉਂ ਸ਼ੁਰੂ ਹੋਇਆ, ਖਾਸ ਕਰਕੇ ਜਿੱਥੇ ਫੋਸਟਰ ਫਾਰਮਸ ਦੀ ਗੱਲ ਆਉਂਦੀ, ਤੁਸੀਂ ਮੈਨੂੰ ਦੱਸ ਰਹੇ ਸੀ ਇਟਸ ਵਨ ਆਫ ਦ ਲਾਰਜੈਸਟ ਇੰਪਲੋਇਰਸ ਇਸ ਏਰੀਆ ਦੇ ਵਿੱਚ, ਰਾਈਟ, ਅਤੇ ਖਾਸ ਕਰਕੇ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਮੀਟ ਪੋਲਟਰੀ ਫਾਰਮ ਦੇ ਵਿੱਚ, ਇਜ਼ ਦੈਟ ਕਰੈਕਟ?
हाँ जी, सो लाइक इन द सेंट्रल वैली इट इज द लार्जेस्ट एम्प्लॉयर ऑफ मीट एंड पोल्ट्री प्रोसेसिंग कंपनी, राइट, है ना। एंड जिहड़े भी जिदा हुण लार्जर कंपनियां होंदियां आ उहो ही बाकी सारिआं दी सेट रूल्स करदियां, जिहड़ियां स्मॉलर कंपनीज होंदियां, राइट, द स्मॉलर मीट प्रोसेसिंग। सो जे आप फॉस्टर फार्म्स ही नहीं अपने एम्पलॉयज नूं हक्कां बारे दसदा जां फिर रूल्स एंड रेगुलेशंस फॉलो करदा, फिर बाकी व्हेन bigger companies get away with it then the smaller ones do too, right, hai na? So is karke par apne jehde bhai chare ya bahut zyada apne living standard rende turlock rende fresno rende ya te zyada tar da jehde apne buzurg ya ja fir auntie uncle 40 saal to upar oh you know even up till 70 saal tak oh kam kar rahe ya, you know, ithe as factory on vich foster farm vich and a lot of apne jehde bhai hage ya auntie uncle unna nu apan ਕਿਸਿਆਂ ਨੂੰ, ਯੂ ਨੋ, ਮੈਜੋਰਟੀ ਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ ਜਾਂ ਫਿਰ ਨਿਊ ਇਮੀਗ੍ਰੈਂਟਸ ਹੁੰਦੇ ਆ, ਰਾਈਟ, ਹੈ ਨਾ। ਸੋ ਇਹਨਾਂ ਨੂੰ ਆਪਣੇ ਆਪ ਜਿੱਦਾਂ ਜਿੰਨਾ ਕੁ ਉੱਥੇ ਫਾਸਟ ਫਾਰਮ ਪ੍ਰੋਵਾਈਡ ਕਰਦੀ ਆ ਉਨਾ ਕੁ ਉਹ ਜਿੱਦਾਂ ਪੁੱਛਦੇ ਆ, ਪਤਾ ਨਹੀਂ ਹੁੰਦਾ ਕਿ ਅਸੀਂ ਪੁੱਛ ਵੀ ਸਕਦੇ ਹਾਂ ਸਾਡੇ ਹੱਕਾਂ ਬਾਰੇ, ਰਾਈਟ, ਹੈ ਨਾ, ਕਿ ਅਸੀਂ ਪੁੱਛ ਸਕਦੇ ਕਿ ਆਹ ਜੇ ਹੋਇਆ ਆਹ ਚੇਂਜ ਕਰਨ ਲਈ ਜੇ ਕੋਈ ਅਨਸੇਫ ਹੈਗੀ ਆ ਚੀਜ਼ ਵਰਕ ਪਲੇਸ 'ਤੇ ਉਹਦੇ ਬਾਰੇ ਸਜੈਸ਼ਨਸ ਵੀ ਦੇ ਸਕਦੇ ਐਚ ਆਰ ਨੂੰ ਕਿ ਆਹ ਚੇਂਜ ਕਰੋ ਜਾਂ ਫਿਰ ਨਾ ਕਰੋ, ਰਾਈਟ, ਹੈ ਨਾ। ਸੋ ਇਹ ਚੀਜ਼ਾਂ ਅਸੀਂ ਆਪਣੇ ਜਿਹੜਾ ਭਾਈਚਾਰੇ ਨੂੰ ਡੈਫਨਲੀ ਇਹ ਦੱਸਣਾ ਚਾਹੁੰਦੇ ਹਾਂ। ਆਮ ਰੀਲੀ ਗਲੈਡ ਨਵਦੀਪ ਜੀ ਤੁਸੀਂ ਇਹ ਪੁਆਇੰਟ ਛੇੜਿਆ, ਬਿਕੋਜ਼ ਇਹ ਬਹੁਤ ਇੰਪੋਰਟੈਂਟ ਹੈਗਾ। ਕਦੀ ਕਵਾਰ ਜਦੋਂ ਖਾਸ ਕਰਕੇ ਨਵੇਂ ਇੱਥੇ ਇਮੀਗ੍ਰੈਂਟਸ ਆ ਕੇ ਕਿਸੇ ਆਮ ਵਰਕ ਪਲੇਸ ਦੇ ਵਿੱਚ ਆਉਂਦੇ ਹੈ, ਉਹਨਾਂ ਨੂੰ ਲੱਗਦਾ ਕਿ ਆਪਾਂ ਕਿਸੇ ਚੀਜ਼ ਦੀ ਸ਼ਿਕਾਇਤ ਅਗਰ ਕਰਦੇ ਹਾਂ ਤਾਂ ਉਹਦੇ ਕਰਕੇ ਸਾਨੂੰ ਕੀ ਰੀਪਰਕਸ਼ਨਸ ਆਉਣਗੇ, ਸਾਡੇ 'ਤੇ ਕੋਈ ਗੱਲ ਉਲਟੀ ਨਾ ਪੈ ਜਾਏ, ਹੈ ਨਾ, ਕਿ ਸਾਡੀ ਨੌਕਰੀ ਨਾ ਖਤਰੇ 'ਚ ਆਏ ਜਾਂ ਸਾਡੀ ਯੂ ਨੋ ਕੁਛ ਵੀ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਮਾੜਾ ਨਾ ਕੁਛ ਹੋ ਜਾਏ ਜਸਕਸ ਤੁਸੀਂ ਕੋਈ ਸ਼ਿਕਾਇਤ ਕੀਤੀ, ਤੁਸੀਂ ਕੋਈ ਚੀਜ਼ ਬਾਰੇ ਪੁੱਛਿਆ ਵੀ ਹੈ, ਰਾਈਟ। ਖਾਸ ਕਰਕੇ ਜਦੋਂ ਤੁਹਾਡੀ ਆਪਣੀ ਸੇਫਟੀ ਦੇ ਕੰਸਰਨਸ ਦੀ ਗੱਲ ਆਉਂਦੀ ਹੈ, ਕੋਵਿਡ ਪ੍ਰਿਕੋਸ਼ਨਸ ਐਂਡ ਮੈਜਰਸ ਸਟੈਂਡਰਡਸ ਨੂੰ ਫੋਲੋ ਕਰਨ ਦੀ ਗੱਲ ਆਉਂਦੀ ਹੈ, ਸੋ ਇਹ ਜੋ ਤੁਹਾਡਾ ਇਨੀਸ਼ੀਟਿਵ ਹੈ ਲੋਕਾਂ ਨੂੰ ਜਾਣਕਾਰੀ ਦਿੰਦਾ ਹੈ ਕਿ ਅਗਰ ਤੁਸੀਂ ਕਿਸੇ ਚੀਜ਼ ਦੀ ਰਿਪੋਰਟ ਕਰਨੀ ਹੈ ਜਾਂ ਤੁਸੀਂ ਕੋਈ ਚੀਜ਼ ਦੇ ਬਾਰੇ ਦੱਸਣਾ ਹੈ ਕੰਪਨੀ ਨੂੰ, ਨਾ ਵੀ ਤੁਸੀਂ ਦੱਸੋ, ਤੁਸੀਂ ਕਿਸੇ ਐਕਸਟਰਨਲ ਥਰਡ ਪਾਰਟੀ ਨੂੰ ਦੱਸ ਸਕਦੇ ਹੋ ਜੋ ਉਸ ਚੀਜ਼ ਨੂੰ ਇਨਫੋਰਸ ਕਰ ਸਕਦੀ ਹੈ, ਐਂਡ ਤੁਸੀਂ ਇਹ ਬਿਲਕੁਲ ਅਨੋਨਮਸਲੀ ਗੁਪਤ ਰਹਿ ਕੇ ਕਰ ਸਕਦੇ ਹੋ, ਮਤਲਬ ਤੁਹਾਡੀ ਆਈਡੈਂਟੀ ਤਾਂ ਕਿ ਅੱਗੇ ਨਾ ਆਏ, ਤਾਂ ਕਿ ਤੁਹਾਡੇ ਉੱਤੇ ਕੋਈ ਗੱਲ ਨਾ ਆਏ। ਇਜ਼ ਦੈਟ ਕੋਈ ਇਸ ਤਰ੍ਹਾਂ ਦੀ ਸਹੂਲਤ ਤੁਸੀਂ ਪ੍ਰੋਵਾਈਡ ਕਰਦੇ ਹੋ? ਹਾਂਜੀ, ਡੈਫਨਲੀ। ਸੋ ਆਪਣੇ ਇੱਥੇ ਕੈਲ ਓਸ਼ਾ ਹੈਗੀ ਆ ਜੋ ਕਿ ਥਰਡ ਪਾਰਟੀ ਏਜੰਸੀ ਜਿੱਦਾਂ ਹੈਗੀ ਜਿਸ ਵਿੱਚ ਤੁਸੀਂ ਜੇ ਕੋਈ ਵਰਕ ਦੀ ਕੰਪਲੇਨ ਹੁੰਦੀ ਹੈ, ਜੇ ਤੁਸੀਂ ਆਪਣੇ ਇੰਪਲੋਇਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਕੁਛ ਚੇਂਜ ਨਹੀਂ ਕਰਦੇ, ਉਹ ਸੁਣਦੇ ਨਹੀਂ ਤੁਹਾਡੀ, ਰਾਈਟ, ਹੈ ਨਾ, ਤੁਹਾਨੂੰ ਹਾਰਮ 'ਚ ਰੱਖਦੇ ਆ, ਫਿਰ ਤੁਸੀਂ ਕੰਪਲੇਨ ਕਰ ਸਕਦੇ ਆ। ਪੂਰਾ ਅਨੋਨਮਸ ਆ, ਗੁਪਤ ਰਹਿ ਕੇ ਜਿੱਦਾਂ ਤੁਸੀਂ ਦੱਸਿਆ, ਅਤੇ ਇਹ ਫਾਈਲ ਕਰਨ ਲਈ ਵੀ ਅਸੀਂ ਵੀ ਤੁਹਾਡੀ ਮਦਦ ਕਰਦੇ ਹਾਂ, ਰਾਈਟ, ਜਾਂ ਫਿਰ ਇਹ ਲਈ ਜਾਂ ਫਿਰ ਸਟੇਟ ਡਿਸਬਿਲਿਟੀ ਇੰਸ਼ੋਰੈਂਸ ਹੁੰਦੀ ਆ, ਫੈਮਿਲੀ ਪੇਡ ਲੀਵ, ਇਹ ਡਾਕੂਮੈਂਟਸ ਹੁੰਦੇ ਜਿਨ੍ਹਾਂ ਦੇ ਕਰਕੇ ਆਪਣੀ ਕਮਿਊਨਿਟੀ ਜਿਨ੍ਹਾਂ ਨੂੰ ਜਿੱਦਾਂ ਹੁਣ ਫਿਲ ਆਊਟ ਨਹੀਂ ਕਰਨੇ ਪੈਂਦੇ ਉਹ ਫਿਰ ਟਰਾਈ ਕੋਸ਼ਿਸ਼ ਹੀ ਨਹੀਂ ਕਰਦੇ ਹੈਗੇ, ਰਾਈਟ, ਨਾ, ਕਿਉਂਕਿ ਕੋਈ ਹੈ ਹੀ ਨਹੀਂ ਉਹ ਮਦਦ ਕਰਨੇ। ਸੋ ਇਸ ਚੀਜ਼ ਲਈ ਵੀ ਅਸੀਂ ਇੱਥੇ ਹੈਗੇ ਹਾਂ, ਜੇ ਤੁਹਾਨੂੰ ਕੋਈ ਪੇਪਰ ਵਰਕ ਫਿਲ ਆਊਟ ਕਰਨ ਦੀ ਜ਼ਰੂਰਤ ਹੈ ਤੁਹਾਡੇ ਕੰਮ ਦਾ, ਜਾਂ ਫਿਰ ਜੇ ਤੁਸੀਂ ਚਾਹੁੰਦੇ ਹਾਂ ਕਿ ਅਸੀਂ ਐਜ਼ ਅ ਥਰਡ ਪਾਰਟੀ ਵੀ ਅਸੀਂ ਵੀ ਤੁਹਾਡੇ ਇੰਪਲੋਇਰ ਨੂੰ ਰੀਚ ਆਊਟ ਕਰ ਸਕਦੇ, ਨਾ ਕਿ ਤੁਹਾਡਾ ਨਾਂ ਲੈ ਕੇ ਜਾਂ ਫਿਰ ਕੁਛ ਹੋਰ ਉਹਦਾ ਕਹਿ ਕੇ ਕਿ ਹਾਂਜੀ ਸਾਡੀ ਕਮਿਊਨਿਟੀ 'ਚ ਆਹ ਕੰਪਲੇਂਟਸ ਹੈਗੀਆਂ ਆ, ਰਾਈਟ, ਇਜ਼ ਦੇਅਰ ਸਮਥਿੰਗ ਕਿ ਆਪਾਂ ਕੁਛ ਚੇਂਜ ਕਰ ਸਕਦੇ ਜਾਂ ਫਿਰ ਸਾਡੇ ਆਹ ਸੁਜੈਸ਼ਨਸ ਆ, ਰਾਈਟ, ਹੈ ਨਾ। ਸੋ ਇਹ ਚੀਜ਼ਾਂ ਆਪਾਂ ਇਹ ਓਰਗਨਾਈਜ਼ ਕਰਨਾ ਕਿੱਦਾਂ ਸਿੱਖਣਾ, ਇਹ ਯੂ ਨੋ ਲਾਈਕ ਇਕੱਠ ਹੋ ਕੇ ਨੰਬਰਾਂ 'ਚ ਇਕੱਠੇ ਹੋ ਕੇ ਕੰਪਲੇਨ ਕਰਨੀ, ਉਹ ਬਹੁਤ ਵੱਡੀ ਗੱਲ ਹੁੰਦੀ ਆ। ਆਪਾਂ ਯੂਜਲੀ ਆਪਣੇ ਜਿਹੜੀਆਂ ਗੱਲਾਂ ਹੁੰਦੀਆਂ ਆਪਣੇ ਵਿੱਚ ਹੀ ਰੱਖ ਲੈਂਦੇ ਹਾਂ, ਪਰ ਕੀ ਪਤਾ ਹੁੰਦਾ ਕਿ ਹੋਰ ਵੀ ਤੁਹਾਡੇ ਕੋਵਰਕਰਸ ਜਿਹੜੇ ਆ ਉਹਨਾਂ ਨੂੰ ਵੀ ਸੇਮ ਹੀ ਪ੍ਰੋਬਲਮਸ ਹੋਈਆਂ। ਸੋ ਇਹ ਚੀਜ਼ ਆਪਾਂ ਬਣਾਉਣ ਦੇ ਕਿ ਆਪਾਂ ਇੱਥੇ ਆ ਕੇ ਖੋਲੀਏ ਆਪਣੀਆਂ ਗੱਲਾਂ ਜਿਹੜੀਆਂ ਪ੍ਰੋਬਲਮਸ ਆ, ਆਪਾਂ ਦੇਖੀਏ ਆਪਾਂ ਕੀ ਚੇਂਜ ਲੈ ਕੇ ਆਉਣਾ ਚਾਹੁੰਦੇ ਹਾਂ, ਕੀ ਕਰ ਸਕਦੇ, ਕਿਹੜੀ ਚੀਜ਼ ਆਪਾਂ ਡਿਮਾਂਡ ਕਰ ਸਕਦੇ ਹਾਂ ਇੰਪਲੋਇਰਸ ਦਾ, ਰਾਈਟ। Absolutely, and the other thing here is that, you know, jithe saadi Punjabi community di kafi vaddi ginti hai, but jadon tusi us community nu naal jod lende ho jo Latino community hai khaas karke California Central Valley eho ji areas de vich eho ji plants factories de vich te oh ginti kinni hor vi zyada vaddi ho jandi hai, I mean it's like you said hor zyada influence ban janda hai us group da us ikatth da, so tusi lokan de naal gal kar rahe ho, I think you're doing canvassing
ਵਰਕਿੰਗ ਲਾਈਕ ਡੋਰ ਟੂ ਡੋਰ ਤੁਸੀਂ ਜਾ ਕੇ ਜਾਣਕਾਰੀ ਇਸ ਇਨੀਸ਼ੀਏਟਿਵ ਬਾਰੇ ਤੇ ਕੀ ਕੁਝ ਸਹੂਲਤਾਂ ਰਾਈਟਸ ਹੱਕ ਹੈਗੇ ਲੋਕਾਂ ਦੇ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਤੁਸੀਂ ਉਹਨਾਂ ਨੂੰ ਦੱਸ ਰਹੇ ਹੋ ਇਨ ਗੱਲਾਂ ਦੇ ਵਿੱਚ ਤੁਸੀਂ ਹਾਲੇ ਤੱਕ ਕੀ ਕੁਝ ਸਿੱਖਿਆ ਹੈ A lot of times jadon assi canvas karde ha assi you know especially like a mile radius of a foster farm othe bahut kafi apartment houses ya jithe apne bhaichare de log rehnde te othe foster farm kam karde vi ha and a lot of them are aunties uncles you know baba bibis and you know kafi sikhya ki eh jadon covid shuru vi hoya jidda main agge dass ke hati ha a lot of apne workers kam kare gaye even though unhan nu kyunki unhan nu kadi dassya hi nahi gaya ki hai je tusi kadi ਸਿੱਖ ਹੋ ਗਏ ਆ ਤੁਸੀਂ ਘਰ ਰਹਿ ਲਓ right it's supplemental paid leave hagi ya ki jithe tanu you will still get 80 hours of pay it's by the government right wow. like this new a rule right and aisa levi jida hun assi unhan nu ja ke puchde ha haan ji aa last year da siga par aisa hun march te end vich phir dobara aisa september tak supplemental paid leave ya ki 80 ghante hage ya je tanu vaccine lain di time off lena pave je tusi vaccine la ke bimar ho gaye jida 2 3 din di ho sakde ha right hai na ja phir tusi you know tanu covid ho gaya ja phir tusi expose ho gaye tade ko phir dobara 80 ghante ho gaya tanu tade employers ne dassya and boje look they're like nahi ਉਹਨਾਂ ਨੇ ਦੱਸਿਆ ਨਹੀਂ ਆ ਤਾਂ ਪਹਿਲੀ ਵਾਰੀ ਅਸੀਂ ਸੁਣਿਆ ਰਾਈਟ ਹੈ ਨਾ ਸੋ ਇਟਸ ਜਸਟ ਲਾਈਕ ਅ ਲੋਟ ਆਫ ਆਰ ਕਮਿਊਨਿਟੀ ਮੈਂਬਰਸ ਜਦੋਂ ਅਰਲੀਅਰ ਜਿਹਦਾ ਕੋਈ ਵੀ ਸੀਗਾ ਕਿ ਹਾਂਜੀ ਉਹ ਮੈਨੂੰ ਵੈਕਸੀਨ ਲੈ ਕੇ ਤਾਂ ਮੈਨੂੰ ਫੀਵਰ ਸੀਗਾ ਪਰ ਮੈਂ ਫਿਰ ਵੀ ਕੰਮ ਤੇ ਗਿਆ ਯੂ ਨੋ ਇਟਸ ਲਾਈਕ ਵਾਈ ਆਰ ਯੂ ਹੈਵਿੰਗ ਵਾਈ ਆਰ ਆਰ ਬਜ਼ੁਰਗ ਹੈਵਿੰਗ ਟੂ ਗੋ ਟੂ ਵਰਕ while they're you know sick while yeah. they have a fever kyunki una the employers una neglect karde hai employers are just looking for their own profit and that's the whole thing of like ki apa hun pe apne jehde community nu aa unhan nu kidda apa you know educate kariye organize kariye ta empower kariye unhan de hakka bare and especially he apne buzurg hai right jinna nu english nahi aundi hegi so is karke assi eh project basically shuru kita ki assi you know can be a benefit to them yeah so you know I guess the big question here is agar koi eho ji situation vich hega jithe ya unhan nu jankari chahiye apne hakka bare ya unhan de kol koi eho ji problem koi eho ja masla hai ki oh di report dena chahnde apni workplace nu laake bhave oh foster farms hoye ya koi vi hor eho je jis tarah de labor is tarah de labor jo employees rakhde hai ਕੋਈ ਵੀ ਵੱਡੀ ਵਰਕ ਪਲੇਸ ਫੈਕਟਰੀ ਫਾਰਮਸ ਇਹੋ ਜਿਹੇ areas de vich if they want to get more information or connect with you is initiative de vich oh kis tarah tar naal connect kar sakde hai Hanji so assi sare social media platform upar hege ha so Facebook Instagram Twitter te oh tusi sanu lab sakde ha type karke Jakara Labor Rights and eh jehde usually slides vi dikhana chahndi ha so people know what it looks like Jakara Labor Rights yep there you go that's our logo and eh jehde we understand ki apne jehde buzurg hon they're not on Instagram or Twitter right hai na eh cheeza but eh hege ki jinna ko jinna de family members hege jehde bacche ya unna de right and usually the kids are the ones taking care of their family's needs and stuff but unna nu bhi hakka bare zyada tar nahi pata hunda oh vi unna ki pata hunda jinna ki you know foster farm dasde ya so we want even the children to follow us so oh apne at least apni family di jehde unna de family ch uncle auntie aya unna nu bhi jida jankari das sakde ya par jehde buzurg ya oh sanu directly bhi call kar sakde ya koi bhi actually directly call kar sakda mera number hega ya 559-549-3898 ਤੇ ਇੱਕ ਅਸੀਂ WhatsApp ਗਰੁੱਪ ਬਣਾਇਆ ਆ ਸਪੈਸ਼ਲੀ ਇਹ ਜਿਹੜੇ ਆਪਣੇ ਆਂਟੀ ਅੰਕਲ ਉਹਨਾਂ ਕੋ WhatsApp ਮੈਜੋਰਟੀ ਟਾਈਮ ਹੁੰਦਾ ਆ ਰਾਈਟ ਸਮਾਰਟਫੋਨਸ ਹੁੰਦੇ ਤੇ WhatsApp ਜ਼ਿਆਦਾਤਰ ਉਹ ਵਰਤਦੇ ਹੁੰਦੇ ਆ ਤਾਂ ਉਹਦੇ ਵਿੱਚ ਅਸੀਂ ਜਿੱਦਾਂ ਕਹਿ ਲਓ ਸਪਲੀਮੈਂਟਲ ਪੇਡ ਲੀਵ ਦੀ ਗੱਲ ਹੋ ਗਈ ਸਟੇਟ ਡਿਸੇਬਿਲਟੀ ਦੀ ਫੈਮਿਲੀ ਲੀਵ ਦੀ ਇਹ ਚੀਜ਼ਾਂ ਬਾਰੇ ਅਸੀਂ ਪੰਜਾਬੀ ਵਿੱਚ ਵੀਡੀਓਜ਼ ਬਣਾ ਕੇ ਪੋਸਟ ਕਰਦੇ ਹਾਂ ਉਸ ਗਰੁੱਪ ਵਿੱਚ ਤੇ ਇਹ ਸੇਮ ਚੀਜ਼ਾਂ ਅਸੀਂ ਜਿੱਦਾਂ ਇੰਸਟਾਗ੍ਰਾਮ ਫੇਸਬੁੱਕ ਉੱਪਰ ਵੀ ਪੋਸਟ ਕਰਦੇ ਹਾਂ ਬਟ ਇਹ ਅਸੀਂ WhatsApp ਗਰੁੱਪ you know khas karke apne aunty and uncle ali banaya hai yeah I think so and I think you know once again it's not just ki tusi jankari provide kar rahe ho tusi jankari os medium rahi
ਪ੍ਰੋਵਾਈਡ ਕਰੇ ਜੋ ਤੁਹਾਨੂੰ ਪਤਾ ਹੈ ਕਿ ਸਾਡੇ ਇਸ ਕਮਿਊਨਿਟੀ ਦੇ ਹਿੱਸੇ ਦੇ ਵਿੱਚ ਜੋ ਸਭ ਤੋਂ ਜ਼ਿਆਦਾ ਮੈਜੋਰਿਟੀ ਹੈਗੀ ਉਹਨਾਂ ਤੱਕ ਉਹ ਪਹੁੰਚੇ ਭਾਵੇਂ ਉਹ ਵਟਸਐਪ ਹੋਏ ਰੈਗੂਲਰ ਡਾਇਰੈਕਟ ਫੋਨ। ਇੱਕ ਵਾਰੀ ਫਿਰ ਮੈਂ ਤੁਹਾਡਾ ਨੰਬਰ ਅਨਾਊਂਸ ਕਰਨਾ ਚਾਹੁੰਦੀ ਹਾਂ। ਇਹ ਤੁਹਾਡੀ ਡਾਇਰੈਕਟ ਲਾਈਨ ਹੈਗੀ ਨਵਦੀਪ ਕੌਰ ਜਕਾਰਾ ਕਮਿਊਨਿਟੀ ਐਂਡ ਲੇਬਰ ਔਰਗਨਾਈਜ਼ਰ 5595493898 ਜਕਾਰਾ ਲੇਬਰ ਰਾਈਟਸ ਇਨੀਸ਼ੀਏਟਿਵ। ਇਹ ਨਵਾਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਕਾਰਾ ਮੂਵਮੈਂਟ ਵੱਲੋਂ ਪਾਰਟਨਰਿੰਗ ਵਿਦ ਉੱਦਾਂ ਤਾਂ 100 ਤੋਂ ਵੱਧ ਹੋਰ ਕਮਿਊਨਿਟੀ ਔਰਗਨਾਈਜੇਸ਼ਨਸ ਦੇ ਨਾਲ ਤੁਸੀਂ ਜੁੜੇ ਹੋਏ ਹੋ, ਬਟ ਇੱਥੇ ਗੋਲ ਮਤਲਬ ਲੈਟੀਨੋ ਕਮਿਊਨਿਟੀ ਦੇ ਨਾਲ ਰਲ ਕੇ ਇਸ ਚੀਜ਼ ਨੂੰ ਕਰਨ ਦਾ ਹੈਗਾ। ਬਿਕੋਜ਼ ਆਈ ਮੀਨ ਜਸਟ ਆਫ ਦ ਟਾਪ ਆਫ ਯੂਅਰ ਹੈਡ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ, ਆਪਣੀ ਲੈਟੀਨੋ ਕਮਿਊਨਿਟੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਆਪਰੇਟ ਕਰਦੇ ਹੈ ਇਨ ਦ ਲੇਬਰ ਸਪੇਸ, ਰਾਈਟ? Right. I mean, Latino community ko to jida hor bhi hai gaya organizations, right? And e Punjabi li sada ehi jida goal ehi ni ho, aa jida initiative da eh hai ga ki ede upar build up hoi jave. It's not just like a 6-month project, it's not just a saal da project ya. Asi itho shuru ho ke gahan jakare de naal apne Punjabi community organize naal, right, build up karna chahne hain. Because like so many of us up I think caught up ho jande hai ki you know like up Punjabi or Indians we internalize ki assi model minority mein the, right? Na kisi sare doctors and engineers ya assi sare white collar workers ya, par ek gal sahi nahi ho, like majority I would say over 50% of us are essential workers apni community ch, right? Na and so oh cheez dekhan di zarurat hai ki haan ji jehde apne older log ya jinan nu english nahi hundi hagi oh apne majority makeup karde hai labor force and then unna li oh jehda space create karna, right, resources provide karne ki unna diyan storyan uplift karniyan assi oh karna chahne ha is project nal and hopefully a project many years chali jauga. Amazing, you know, well you know koi bhi lambi journey koi bhi lamba safar shuru ta ek pehle kadam nal hunda hai, so it's good that you guys took the first step. Always doing good work Jakara movement in nava initiative Jakara walon Jakara labor rights initiative. Jarur agar tusi is area de vich rehnde ho central valley california te kise vi is tarah di employment nu rakhde ho inade naal sampark karke apna experience apne masle discuss karo. Agar tonu koi jankari chahidi hai ki ki tode hak hai, khaas kar jithe covid di gal aandi hai, time off, sick leave, sick pay, paave tode employer tonu kuch vi dasse, sahi jankari tusi ek ਵੱਖਰੇ ਸੋਰਸ ਤੋਂ ਜ਼ਰੂਰ ਲਵੋ, ਬਿਕੋਜ਼ ਇੰਪਲੋਇਰਸ ਨੇ ਤਾਂ ਆਪਣਾ ਆਪ ਦਾ ਇੰਟਰਸਟ ਵੇਖਣਾ ਹੈ ਨਾ। ਜਿੰਨਾ ਮਰਜ਼ੀ ਉਹ ਤੁਹਾਨੂੰ ਮਿੱਠਾ ਬੋਲ ਕੇ ਕਹਿਣ ਕਿ ਨਹੀਂ ਜੀ ਆਪਾਂ ਤੁਹਾਡੀ ਰਖਵਾਲੀ ਲਈ ਸਭ ਕੁਝ ਕਰ ਰਹੇ ਹਾਂ, ਉਹਨਾਂ ਨੇ ਆਪਣਾ ਆਪ ਦਾ ਇੰਟਰਸਟ ਦੇਖਣਾ, ਤੁਹਾਨੂੰ ਆਪਣਾ ਆਪ ਦਾ ਦੇਖਣਾ ਚਾਹੀਦਾ। ਥੈਂਕ ਯੂ ਸੋ ਮਚ ਨਵਦੀਪ ਕੌਰ ਜੀ। ਇੱਕ ਵਾਰੀ ਫਿਰ ਨਵਦੀਪ ਜੀ ਦਾ ਫੋਨ ਨੰਬਰ ਸਕਰੀਨ 'ਤੇ ਲਿਖਿਆ ਹੋਇਆ, ਤੁਸੀਂ ਉਹਨਾਂ ਦੇ ਨਾਲ ਕਨੈਕਟ ਕਰ ਸਕਦੇ ਹੋ, ਤੁਹਾਨੂੰ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ। ਥੈਂਕ ਯੂ ਫੋਰ ਜੁਆਇਨਿੰਗ ਅਸ, ਐਨ ਇਸ ਚੀਜ਼ ਦੇ ਵਿੱਚ ਕੋਈ ਹੋਰ ਡਿਵੈਲਪਮੈਂਟਸ ਸਾਡੇ ਸਾਰਿਆਂ ਲਈ ਜ਼ਰੂਰ ਸਾਡੇ ਨਾਲ ਆ ਕੇ ਜੁੜ ਕੇ ਸ਼ੇਅਰ ਕਰੋ। ਵਿਲ ਹੈਵ ਅ ਗੁੱਡ ਰੈਸਟ ਆਫ ਯੂਰ ਈਵਨਿੰਗ ਨਵਦੀਪ ਜੀ। ਇਹਦੇ ਨਾਲ ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਤੁਸੀਂ ਸਾਡੇ ਲਈ ਕੋਈ ਕੁਐਸਚਨਸ ਅਗਰ ਰੱਖਣੇ ਜ਼ਰੂਰ ਰੱਖ ਸਕਦੇ ਹੋ, ਕਨਵਰਸੇਸ਼ਨ ਇਸ ਤਰ੍ਹਾਂ ਜਾਰੀ ਰਹੇਗੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰਿਆਂ ਦਾ ਸਵਾਗਤ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਯੂ ਨੋ ਵਾਂਸ ਅਗੇਨ ਕਿਸੇ ਵੀ ਇੰਡੀਵਿਜੂਅਲ ਦੇ ਹੱਕ ਕੋਈ ਵੀ ਉਹਨਾਂ ਨੂੰ ਇੱਕ ਪਲੇਟ 'ਤੇ ਰੱਖ ਕੇ ਤਾਂ ਦਿੰਦਾ ਨਹੀਂ ਹੈ, ਤੁਹਾਨੂੰ ਹੱਕ ਦੀ ਲੜਾਈ ਕਰਨੀ ਹੀ ਪੈਂਦੀ ਹੈ, ਭਾਵੇਂ ਤੁਸੀਂ ਇੰਡੀਆ ਰਹਿ ਰਹੇ ਹੋ ਜਾਂ ਅਮੈਰੀਕਾ ਰਹਿ ਰਹੇ ਹੋ। ਅਮੈਰੀਕਾ ਦੇ ਵਿੱਚ ਵੀ ਇਹੋ ਜਿਹੀ ਐਂਟੀਟੀਜ਼ ਹੋਣਗੀਆਂ ਜੋ ਤੁਹਾਡੇ ਹੱਕਾਂ ਨੂੰ ਅਬਿਊਜ਼ ਕਰਨ ਦੀ ਕੋਸ਼ਿਸ਼ ਕਰਾਂਗੀ। ਬਟ ਤੁਸੀਂ ਕੀ ਕਰ ਸਕਦੇ ਹੋ, ਜਿਸ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਫੋਸਟਰ ਫਾਰਮਸ ਦੀ ਸਟੋਰੀ ਦੱਸੀ ਕਿ ਕਿਸ ਤਰ੍ਹਾਂ ਇੰਨਾ ਵੱਡਾ ਇੰਪਲੋਇਰ, ਆਈ ਮੀਨ ਇਸ ਕੰਟਰੀ ਦੇ ਵਨ ਆਫ ਦ ਲਾਰਜੈਸਟ ਪੋਲਟਰੀ ਪ੍ਰੋਡਿਊਸਰਸ ਇਨ ਦ ਯੂਨਾਈਟਿਡ ਸਟੇਟਸ, ਅਫਕੋਰਸ ਉਹਨਾਂ ਦਾ ਕਿੰਨਾ ਕੁ ਇਨਫਲੂਐਂਸ ਹੋਏਗਾ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਜਿੱਥੇ ਲਗਭਗ 30% ਪੂਰੇ ਸ਼ਹਿਰ ਦੀ ਪਾਪੂਲੇਸ਼ਨ ਉਹਨਾਂ ਦੀ ਵਰਕਫੋਰਸ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਜੁੜੀ ਹੋਈ ਹੈ। ਬਟ ਸਾਨੂੰ ਤਾਂ ਆਪਣੇ ਹੱਕ ਦੀ ਲੜਾਈ ਦੇ ਨਾਲ ਮਤਲਬ ਹੈਗਾ, ਅਤੇ ਸਾਡੀ ਕਮਿਊਨਿਟੀ ਦੇ ਹੱਕਾਂ ਨੂੰ ਕੋਈ ਅਬਿਊਜ਼ ਨਾ ਕਰੇ ਉਹਦੀ ਗੱਲ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕੀਤੀ, ਐਂਡ ਏਕਤਾ ਦੀ ਗੱਲ ਕੀਤੀ ਜਿੱਥੇ ਜੋ ਇਸ ਗਰੁੱਪ ਦੇ ਵਿੱਚ ਇਨਵੋਲਵਡ ਹਨ ਸਾਡੇ ਸਿੱਖ ਪੰਜਾਬੀ ਜੋ ਫੋਸਟਰ ਫਾਰਮਸ ਜਾਂ ਇਹੋ ਜਿਹੀ ਸਿਚੁਏਸ਼ਨ ਇਹੋ ਜਿਹੀ ਕੰਪਨੀਜ਼ ਦੇ ਨਾਲ ਕੰਮ ਕਰਦੇ ਹੈ ਉਹ ਅਕੇਲੇ ਨਹੀਂ ਹੈ। ਇਸ ਕੰਟਰੀ ਦੇ ਵਿੱਚ ਜੋ ਲਟੀਨੋ ਗਰੁੱਪ ਹੈ, ਲੈਟਿਨ ਗਰੁੱਪ ਹੈ, ਹਿਸਪੈਨਿਕਸ ਹਨ, ਉਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਗਰੁੱਪ ਦੇ ਵਿੱਚ ਸ਼ਾਮਿਲ ਹਨ, ਅਤੇ ਉਹਨਾਂ ਦੇ ਨਾਲ ਜੁੜ ਕੇ ਕਿਸ ਤਰ੍ਹਾਂ ਜਕਾਰਾ ਮੂਵਮੈਂਟ ਜਿਨ੍ਹਾਂ ਦਾ ਨਵਾਂ ਪ੍ਰੋਗਰਾਮ ਜਕਾਰਾ ਲੇਬਰ ਰਾਈਟਸ ਇਨੀਸ਼ੀਏਟਿਵ ਇਨ ਲੋਕਾਂ ਦੀ ਹੱਕ ਦੀ ਲੜਾਈ ਅੱਗੇ ਲੈ ਕੇ ਆ ਰਿਹਾ,
ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ। ਮੈਂ ਇੱਕ ਵਾਰੀ ਫਿਰ ਸਾਰਿਆਂ ਨੂੰ ਦੱਸਣਾ ਚਾਹੂੰਗੀ, ਖਾਸ ਕਰਕੇ ਅਗਰ ਤੁਸੀਂ ਇਸ ਸੈਂਟਰਲ ਵੈਲੀ ਕੈਲੀਫੋਰਨੀਆ ਦੇ ਏਰੀਆ ਦੇ ਵਿੱਚੋਂ ਸਾਡੇ ਨਾਲ ਜੁੜੇ ਹੋ, ਇਸ ਵੇਲੇ ਜਕਾਰਾ ਲੇਬਰ ਰਾਈਟਸ ਇਨੀਸ਼ੀਏਟਿਵ ਵੱਲੋਂ ਨਵਦੀਪ ਕੌਰ ਉਹਨਾਂ ਦੀ ਕਮਿਊਨਿਟੀ ਆਊਟਰੀਚ ਆਰਗੇਨਾਈਜ਼ਰ, ਉਹਨਾਂ ਦਾ ਫੋਨ ਨੰਬਰ ਸਕਰੀਨ 'ਤੇ ਲਿਖਿਆ ਹੋਇਆ ਹੈ। ਉਹਨਾਂ ਦਾ ਸਿਰਫ ਤਾਂ ਸਿਰਫ ਅੱਜ ਦੀ ਡੇਟ ਦੇ ਵਿੱਚ ਇੱਕ ਕੰਮ ਹੈਗਾ ਕਿ ਅਗਰ ਤੁਸੀਂ ਇਹੋ ਜਿਹੇ ਕਿਸੇ ਵਰਕਪਲੇਸ ਦੇ ਵਿੱਚ ਇਨਵੋਲਵਡ ਹੋ ਜਿੱਥੇ ਤੁਹਾਨੂੰ ਲੱਗਦਾ ਹੈ ਤੁਹਾਡੇ ਇੰਪਲੋਈ ਹੋਣ ਦੇ ਨਾਤੇ ਤੁਹਾਡੇ ਹੱਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਖਤਰੇ 'ਚ ਪਾਇਆ ਜਾ ਰਿਹਾ, ਭਾਵੇਂ ਉਹ ਤੁਹਾਡੀ ਹੈਲਥ ਕਰਕੇ ਹੋਏ, ਕੋਈ ਵੀ ਹੋਰ ਤੁਹਾਡੀ ਵਰਕਪਲੇਸ ਦੀ ਕੰਡੀਸ਼ਨ ਹੋਏ ਕਿ ਕੋਈ ਇਹੋ ਜਿਹੀ ਚੀਜ਼ ਹੈਗੀ ਤੁਹਾਡੇ ਆਫਿਸ ਜਾਂ ਤੁਹਾਡੀ ਫੈਕਟਰੀ ਤੁਹਾਡੇ ਕੰਮ ਦੀ ਜਗ੍ਹਾ ਦੇ ਵਿੱਚ ਜੋ ਤੁਹਾਨੂੰ ਸੇਫ ਨਹੀਂ ਫੀਲ ਕਰਾ ਰਹੀ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਗੱਲ ਐਨੋਨਮਸਲੀ ਬਿਲਕੁਲ ਗੁਪਤ ਤਰੀਕੇ ਨਾਲ ਰੱਖ ਸਕਦੇ ਹੋ ਤਾਂ ਕਿ ਤੁਹਾਨੂੰ ਤੁਹਾਡੀ ਜੋਬ ਤੋਂ ਕੋਈ ਖਤਰਾ ਨਾ ਹੋਏ, ਤੁਹਾਨੂੰ ਕੋਈ ਉਹਦਾ ਕੋਨਸੀਕੁਐਂਸ ਕੋਈ ਬੈਕਲੈਸ਼ ਆਪਣੇ ਕੰਮ ਵੱਲੋਂ ਨਾ ਹੋਏ। ਬਟ ਜਿੱਥੇ ਗਲਤੀ ਹੈ ਉਹ ਗਲਤੀ ਰਿਪੋਰਟ ਹੋਏਗੀ, ਸਹੀ ਚੈਨਲ ਤੱਕ ਉਹਨੂੰ ਲੈ ਕੇ ਇਹ ਜਾਣਗੇ, ਤੁਹਾਡੇ ਹੱਕ ਲਈ ਲੜਨਗੇ। ਸੋ ਇਹਦੇ ਬਾਰੇ ਆਪਾਂ ਗੱਲ ਕੀਤੀ ਇਸ ਮੁੱਦੇ ਨੂੰ ਲੈ ਕੇ, ਜਾਂ ਜੋ ਸਾਡੇ ਗੈਸਟ ਸੀਗੇ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ, ਉਹਨਾਂ ਲਈ ਤੁਹਾਡੇ ਕੋਲ ਕੋਈ ਹੋਰ ਕੁਐਸਚਨਸ ਜਾਂ ਸਾਡੇ ਲਈ ਕੋਈ ਕੁਐਸਚਨਸ ਕਮੈਂਟਸ ਕੰਸਰਨਸ, ਤੁਸੀਂ ਸਾਨੂੰ ਵੀ ਲਿਖ ਸਕਦੇ ਹੋ। ਆਫਕੋਰਸ ਇਜ਼ ਆਲਵੇਜ਼ ਇਨਫੋ ਐਟ ਜਸਟ ਬ੍ਰੋਡਕਾਸਟਿੰਗ ਡੋਟ ਕੋਮ, ਆਸ਼ਮਿਤਾ ਐਟ ਜਸਟ ਬ੍ਰੋਡਕਾਸਟਿੰਗ ਡੋਟ ਕੋਮ। ਹੁਣ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।